ਬੱਚਿਆਂ ਵਾਸਤੇ ਕਿੰਨਾ ਕਿੰਪੋਰਟੈਂਟ ਆ ਹੈਲਥੀ ਫੂਡ এনਵਾਇਰਨਮੈਂਟ ਕਾਫੀ ਜਸਪ੍ਰੀਤ ਮੈਨੂੰ ਵੀ ਪੇਰੈਂਟਸ ਹਨ ਮੈਨੂੰ ਫੋਨ ਕਾਲਸ ਵੀ ਆਈਆਂ ਇੱਕ ਵਾਰੀ ਨਾ ਕਿ ਮੈਂ ਬੱਚਿਆਂ ਤੇ ਕੀਤਾ ਸੀ ਇੱਕ ਵੀਡੀਓ ਬਣਾਈ ਸੀ ਸੋ ਕਹਿੰਦੇ ਕਿ ਸਾਨੂੰ ਆਈਡੀਆਜ਼ ਨਹੀਂ ਦੱਸੋ ਫੇ ਵੀ ਅਸੀਂ ਕੀ ਦੇ ਸਕਦੇ ਹਾਂ ਲੰਚ ਤੇ ਇੰਪੋਰਟੈਂਟ ਤਾਂ ਹੈ ਜਿੰਨਾ ਇੰਪੋਰਟੈਂਟ ਸਾਡੇ ਲਈ ਡਾਈਟ ਉਸ ਤੋਂ ਵੱਧ ਬੱਚਿਆਂ ਲਈ ਕਿਉਂਕਿ ਉਹ ਗਰੋ ਹੋ ਰਹੇ ਨੇ ਬਿਲਕੁਲ ਉਹਨਾਂ ਨੇ ਗਰੋਥ ਪੀਰੀਅਡ ਚੱਲ ਰਿਹਾ ਹੈ ਉਹਨਾਂ ਦਾ ਬਿਲਕੁਲ ਸੋ ਅੱਜਕੱਲ ਬੱਚਿਆਂ ਦੇ ਵਿੱਚ ਦੇਖਿਆ ਆਪਾਂ ਕਿ ਕਿੰਨੀ ਜੰਗ ਹੈ ਚ ਉਹ ਹੈਲਥ ਇਸ਼ੂਜ਼ ਆ ਰਹੇ ਨੇ ਜਿਹੜੇ ਅਸੀਂ ਇਮੇਜਿਨ ਨਹੀਂ ਕਰ ਸਕਦੇ ਹੁਣੇ ਤੁਸੀਂ ਈਦਾ ਮੈਨੂੰ ਹਾਫ ਇਅਰ ਦੱਸਿਆ ਹਾਂ ਮੈਂ ਉਸ ਦਿਨ ਨਾ ਕਾਲਰ ਆਇਆ ਇੱਕ ਉਹ ਕਹਿੰਦੇ ਕਿ ਮੇਰਾ ਬੇਟਾ ਸ਼ਾਇਦ 11 ਕੇ 12 ਸਾਲ ਉਹਨਾਂ ਨੇ ਦੱਸਿਆ ਸੀ ਉਹ ਕਹਿੰਦੇ ਫੈਟੀ ਲੀਵਰ ਹੋ ਗਿਆ ਹਾਂਜੀ ਔਰ ਉਹਨਾਂ ਨੇ ਇਹੀ ਰੀਜ਼ਨ ਦੱਸਿਆ ਉਹ ਕਹਿੰਦੇ ਵੀ ਮੇਰੀ ਵਾਈਫ ਜਿਹੜੀ ਸੀਗੀ ਉਹ ਬ੍ਰੈਡ ਦੇ ਵਿੱਚ ਚੀਜ਼ ਸ্লাইਸ ਰੱਖ ਕੇ ਉਹਨੂੰ ਦੇ ਦਿੰਦੀ ਹੁੰਦੀ ਸੀ ਲੰਚ ਦੇ ਵਿੱਚ ਇਜ਼ੀ ਹੈ ਨਾ ਸੋ ਕੁਡ ਬੀ ਲਾਈਕ ਥੈਟ ਥੈਟ ਕੁਡ ਬੀ ਵਨ ਆਫ ਦੀ ਰੀਜ਼ਨਸ ਹੈ ਨਾ ਬਟ ਯੈਸ ਉਹੀ 이지 언헬시 레시ਪੀਸ ਤਾਂ ਬਹੁਤ ਨੇ इजी ਹੈਲਥੀ ਹੈਗੀਆਂ ਨੇ ਹੈਲਥੀ ਵੀ ਹੈਗੀਆਂ ਨੇ ਡੈਫੀਨਿਟਲੀ ਹੈਗੀਆਂ ਨੇ ਬਹੁਤ ਇਟਸ ਜਸਟ ਆਪਾਂ ਨੂੰ ਥੋੜਾ ਜਿਹਾ ਕਹ ਲੋ ਇਟਸ ਅ ਇਨਵੈਸਟਮੈਂਟ ਸਾਡੀ ਟਾਈਮ ਦੀ ਸਾਡੇ ਐਕਸਪਲੋਰ ਕਰਨਾ ਚੀਜ਼ਾਂ ਨੂੰ ਪੜਨਾ ਐਕਸਪਲੋਰ ਕਰਨਾ ਬੱਚਿਆਂ ਨੂੰ ਅੰਡਰਸਟੈਂਡ ਕਰਨਾ ਫਸਟ ਆਫ ਆਲ ਜਿਹੜਾ ਮੋਸਟਲੀ ਪੇਰੈਂਟਸ ਅ ਮੈਂ ਇਨਕਲੂਡਿੰਗ ਮੀ ਆਈ ਵਿਸ਼ ਕਿ ਮੈਨੂੰ ਸਾਰੀਆਂ ਗੱਲਾਂ ਜਦੋਂ ਮੇਰੇ ਨਿੱਕੇ ਨਿੱਕੇ ਬੱਚੇ ਸੀਗੇ ਮੈਨੂੰ ਇਹ ਸਾਰਿਆਂ ਪਤਾ ਹੁੰਦਾ ਮੈਂ ਵੀ ਕਰਦੀ ਰਹੀਆਂ ਜੰਕ ਫੀਡ ਬੱਚਿਆਂ ਨੂੰ ਹੂੰ ਅ ਕਾਫੀ ਹੁੰਦਾ ਕਿ ਚਲੋ ਚੀਜ਼ ਪੀਜ਼ਾ ਲੰਚ ਲਈ इजी ਲੱਗਦਾ ਬ੍ਰੈਡ ਦੇ ਵਿੱਚ ਚੀਜ਼ ਬੈਡ ਵਿੱਚ ਚੀਜ਼ ਹੈਨਾ ਗਰਲ ਚੀਜ਼ ਕਰਦੇ ਹੋ ਪਰ ਓਵਰ ਦਾ ਪੀਰੀਅਡ ਆਫ ਟਾਈਮ ਜਦੋਂ ਤੁਹਾਨੂੰ ਬੱਚੇ ਚ ਜਦੋਂ ਲੱਗਦਾ ਕਿ ਚੇਂਜਸ ਆ ਰਹੀਆਂ ਆ ਹੈਲਥ ਨੂੰ ਲੈ ਕੇ ਉਦੋਂ ਲੱਗਦਾ ਕਿ ਨਹੀਂ ਕੁਝ ਚੇਂਜ ਕਰਨ ਦੀ ਜ਼ਰੂਰਤ ਹੈਗੀ ਹੈ ਸਪੈਸ਼ਲੀ ਜਦੋਂ ਮੈਨੂੰ ਖੁਦ ਨੂੰ ਹੈਲਥ ਇਸ਼ੂਸ ਆਏ ਹੁਣ ਲੱਗਦਾ ਕਿ ਹਾਂ ਅਸੀਂ ਵੀ ਬੱਚਿਆਂ ਲਈ ਵੀ ਬਹੁਤ ਕੁਝ ਰੋਂਗ ਕੀਤਾ ਹੈ ਹਾਈ ਵੈਸ਼ ਆਈ ਨੀਵਟ ਬਿਫੋਰ ਹੈਨਾ ਵੀ ਪਰ ਆਪਾਂ ਹੈ ਗਿਆ ਨੇ ਬੱਚਿਆਂ ਦੇ ਲਈ ਹੈਲਥ ਚੁਆਇਸਸ ਜਿਹੜੀਆਂ ਵਧੀਆ ਗੁੱਡ ਆਪਾਂ ਬ੍ਰੇਕਫਾਸਟ ਲਾਂਚ ਡਿਨਰ ਪਹਿਲਾਂ ਆਪਾਂ ਬ੍ਰੇਕਫਾਸਟ ਤੋਂ ਜੇ ਸੋਚੀਏ ਜਿੱਥੋਂ ਆਪਣਾ ਦਿਨ ਸ਼ੁਰੂ ਹੁੰਦਾ ਮੋਸਟਲੀ ਬੱਚਿਆਂ ਦਾ ਕੀ ਹੁੰਦਾ ਸਕੂਲ ਟਾਈਮ ਹੈ ਭੱਜ ਦੌੜ ਹੁੰਦੀ ਹੈ ਮੋਸਟਲੀ ਪੇਰੈਂਟਸ ਨੇ ਵੀ ਕੰਮ ਤੇ ਜਾਣਾ ਹੁੰਦਾ ਤਕਾਲੀ ਕਾਲੀ ਕੀ ਹੁੰਦਾ ਹੈ ਕਿ ਬਸ ਸੀਰੀਅਲ ਖਾ ਲਓ ਸੀਰੀਅਲ ਖਾ ਲਓ ਹੈਨਾ ਮੋਸਟਲੀ ਸੀਰੀਅਲਸ ਦੇ ਵਿੱਚ ਹੈ ਕਿ ਨੇ ਆਰਟੀਫੀਸ਼ੀਅਲ ਕਲਰਸ 슈ਗਰ ਆਰਟੀਫੀਸ਼ੀਅਲ ਫਲੇਵਰਸ ਹੈਨਾ ਉਹਦੇ ਨਾਲੋਂ ਤਾਂ ਮੈਂ ਕਿਹਾ ਨੂੰ ਬੱਚਿਆਂ ਨੂੰ ਭੁੱਖਾ ਰੱਖਣਾ ਬੈਟਰ ਹੈ ਸੀਰੀਅਲ ਦੇ ਕੰਪੈਰੀਟਿਵਲੀ ਬੱਚੇ ਭੁੱਖਾ ਰਹਿਣ ਵੀ ਠੀਕ ਹੈ ਹਾਂ ਤੋਂ ਉਹਨੂੰ ਬਣਾ ਨਾ ਦੇ ਦਿਓ ਐਪਲ ਦੇ ਦਿਓ ਇੱਕ ਵੀ ਜਦੋਂ ਭੁੱਖ ਲੱਗੀ ਬੱਚਾ ਖਾ ਲੇ ਰਸਤੇ 'ਚ ਖਾ ਲੇ ਜਾਂ ਉੱਥੇ ਜਾ ਕੇ ਸਕੂਲ ਜਾ ਕੇ ਖਾ ਲੇ ਪਰ ਉਹਨੂੰ ਫੋਰਸ ਨਾ ਕਰੀਏ ਅਸੀਂ ਸੀਰੀਅਲ ਖਾ ਜਾ ਹੂੰ ਕਈ ਵੇਲੇ ਇਨਕਲੂਡਿੰਗ ਅਸ ਕਾਲੀ ਕਾਲੀ ਹੁੰਦਾ ਬੱਚਿਆਂ ਨੂੰ ਨਾਲ ਦਬਕੇ ਮਾਰੀ ਜਾਂਦੇ ਖਾਲਾ ਖਤਮ ਕਰ ਲੈ ਛੇਤੀ ਖਾ ਲੋ ਹਾਂ ਵੀ ਫੋਰਸ देम ਟੂ ਈਟ ਸੀਰੀਅਲਸ ਇਨ ਦਾ ਮਾਰਨਿੰਗ ਵੀ ਬੱਚੇ ਕਹਿੰਦੇ ਵੀ ਹੁੰਦੇ ਵਿੱਚ ਬੱਚੇ ਹੈ ਨਾ ਜੀ ਉਹਨਾਂ ਦੇ ਬਹੁਤ ਸਮਾਰਟ ਨੇ ਥਿਸ ਇਜ਼ ਅ ਲੋਟ ਟੂ ਲਰਨ ਫਰਮ ਥੈਮ ਓਕੇ ਮੈਨ ਸੋਚਦੀ ਨਹੀਂ ਕਿ ਅਸੀਂ ਕਈ ਵੇਲੇ ਨਾ ਬੱਚੇ ਨੂੰ ਧੱਕਾ ਕਰਦੇ ਹਾਂ ਹੂੰ ਮੇਰੀ ਜਿਹੜੀ ਬੇਟੀ ਹੈ ਉਹਨੂੰ ਸ਼ੁਰੂ ਤੋਂ ਐਗਰੀਸਿਵਸਨ ਐਗਰੀਸਿਵਸ ਹੀ ਪਸੰਦ ਠੀਕ ਹੈ ਚੀਜ਼ ਐਗ ਮੀਟ ਉਹ ਨਹੀਂ ਸੀ ਲਾਈਕ ਕਰਦੀ ਡੇਰੀ ਸ਼ੀ ਯੂਸ ਟੂ ਹੇਟ ਡੇਰੀ ਤੇ ਮੈਂ ਨਾ ਉਹਨੂੰ ਬੜਾ ਫੋਰਸ ਕਰਨਾ ਕਿ ਤੈਨੂੰ ਜਿੰਨੀ ਦੇਰ ਤੂੰ ਆਪਣਾ ਐਗ ਐਂਡ ਮਿਲਕ ਫਿਨਿਸ਼ ਨਹੀਂ ਕਰਦੇ ਤੂੰ ਸਕੂਲ ਨਹੀਂ ਲੱਗ ਜਾ ਇੱਥੇ ਬੈਠੀ ਰਹੇਂਗੀ ਕੋਈ ਨਹੀਂ ਲੇਟ ਹੋ ਜਾਗੇ ਨਾ ਤੇ ਉਹਨੇ ਬੜੀ ਔਖੀ ਹੋ ਗਈ ਵਿਚਾਰੀ ਨੇ ਖਾ ਲੈਣਾ ਫਿਰ ਬਾਅਦ ਵਿੱਚ ਜਦੋਂ ਡਾਕਟਰ ਸਾਹਿਬ ਪੜਨਾ ਸ਼ੁਰੂ ਕਰਤਾ ਉਹ ਲੱਗਾ ਪਤਾ ਲੱਗਾ ਕਿ ਐਕਚੁਅਲੀ ਇਟਸ ਨਾਟ ਗੁੱਡ ਇਹੀ ਮਾੜੀਆਂ ਨੇ ਚੀਜ਼ਾਂ ਐ ਬੱਚੇ ਨੂੰ ਬ੍ਰੇਕਫਾਸਟ ਦੁੱਧ দেন এগ ਨਹੀਂ ਦੇਣਾ ਚਾਹੀਦਾ ਨਹੀਂ ਚਾਹੁੰਦਾ ਹੈ ਨਾ এগ ਨਹੀਂ ਦੇਣਾ ਚਾਹੀਦਾ ਇੱਕ ਵੀ ਨਹੀਂ ਐਨੀਮਲ ਪ੍ਰੋਟੀਨ ਐ ਵੀ ਉਹ ਕੁੜੀਆਂ ਦੇ ਲਈ ਐਨੀਮਲ ਪ੍ਰੋਟੀਨ ਕਿਉਂਕਿ ਆਪਾਂ ਅੱਗੇ ਹੁੰਦਾ ਸੀ ਡਿਸਕ੍ਰਿਮੀਨੇਸ਼ਨ ਨੂੰ ਲੈ ਕੇ ਆਪਾਂ ਹੁੰਦਾ ਸੀ ਮੁੰਡੇ ਆ ਖਾਂਦੇ ਆ ਆ ਕੁੜੀਆਂ ਨੂੰ ਦੋ ਹਨ ਮੀਟ এগ ਡੇਰੀ ਤੁਸੀਂ ਪੁਰਾਣੇ ਜਮਾਨੇ ਦੇਖੋ ਤਾਂ ਕੁੜੀਆਂ ਨੂੰ ਬੜਾ ਘੱਟ ਦਿੰਦੇ ਹੁੰਦੇ ਸੀ ਇਹ ਚੀਜ਼ਾਂ ਉਹਦਾ ਰੀਜ਼ਨ ਕੀ ਉਹਦਾ ਰੀਜ਼ਨ ਸੀਗਾ ਜਿਹੜੀ ਹਾਰਮੋਨਲ ਚੇਂਜਸ ਓ ਜਿਹਨੇ ਗਰਲਸ ਦੇ ਹਾਰਮੋਨਸ ਆ ਉਹ ਡਿਫਰੈਂਟ ਨੇ ਦੈਨ ਬॉयਸ ਰਾਈਟ ਉਹ ਐਨੀਮਲ ਪ੍ਰੋਟੀਨ ਨਹੀਂ ਸੀ ਦਿੰਦੇ ਹੁੰਦੇ ਬਹੁਤ ਕੱਟ ਦਿੰਦੇ ਹੁੰਦੇ ਸੀਗੇ ਕੁੜੀਆਂ ਨੂੰ ਤਾਂ ਅਸੀਂ ਸੋਚਿਆ ਕਿ ਇਟਸ ਡਿਸਕ੍ਰਿਮੀਨੇਸ਼ਨ ਕੁੜੀਆਂ ਦੇ ਨਾਲ ਤੋਂ ਮੁੰਡਿਆਂ ਦੇ ਨਾਲ ਬਜ਼ੁਰਗਾਂ ਨੂੰ ਵੀ ਪਤਾ ਨਹੀਂ ਸੀ ਹੁੰਦਾ ਕਿਉਂ ਕਰ ਰਹੇ ਨੇ ਪਰ ਇਸ ਸਿਗਾ ਕਿ ਉਹ ਨਹੀਂ ਸੀ ਦਿੰਦੇ ਹੁੰਦੇ ਐਨੀਮਲ ਪ੍ਰੋਟੀਨ ਇਸ ਨਾਟ ਵੈਰੀ ਗੁੱਡ ਫਰ ਗਰਲਸ ਇਜ਼ ਨਾਟ ਗੁੱਡ ਫਰ ਦਾ ਗਰਲਸ ਹੈ ਨਾ ਤੇ ਉਹਨਾਂ ਦੇ ਐਸਟ੍ਰੋਜਨ ਲੈਵਲ ਵੱਧਦਾ ਤੁਸੀਂ ਦੇਖਿਓ ਆਪਣੇ ਮੋਸਟਲੀ ਫੇਸ਼ਲ ਹੈਅਰਸ ਵਗੈਰਾ ਜਲਦੀ ਆਉਣ ਲੱਗ ਜਾਂਦੇ ਨੇ ਆਪਣੇ ਤੇ ਉਹ ਹੁਣ ਜਿੱਦਾਂ ਜਿੱਦਾਂ ਸਟੱਡੀਜ਼ ਆ ਰਹੀਆਂ ਨੇ ਉਹ ਤੇ ਇਹ ਆ ਰਿਹਾ ਵੀ ਕੱਟ ਡਾਉਨ ਦੇਅਰ ਐਨੀਮਲ ਪ੍ਰੋਟੀਨਸ ਦੇਅਰ ਡੇਰੀ ਦੇਅਰ ਐਗਸ ਐਂਡ ਮੀਟਸ ਕਿ ਜਿੱਦਾਂ ਹਾਰਮੋਨਲ ਚੇਂਜ ਜਲਦੀ ਆਉਂਦੀਆਂ ਨੇ ਤਾਂ ਸਾਰਾ ਕੁਝ अर्ली ਸ਼ੁਰੂ ਹੋ ਜਾਂਦਾ ਹੂੰ ਹੂੰ ਸੋ ਅਸੀਂ ਪਰ ਅਸੀਂ ਸੋਚਦੇ ਸੀ ਇਸ ਡਿਸਕ੍ਰਿਮੀਨੇਸ਼ਨ ਨਹੀਂ ਬੱਚਿਆਂ ਨੂੰ ਦੇਣਾ ਚਾਹੀਦਾ ਕੁੜੀਆਂ ਵੀ ਇਕੁਅਲੀ ਨੇ ਮੁੰਡਿਆਂ ਨਾਲ ਜਿੰਨਾ ਕੰਮ ਇਹਨਾਂ ਨੇ ਕਰਨਾ ਆ ਪਰ ਨਹੀਂ ਹਮ ਹੁਣ ਤਾਂ ਬਹੁਤ ਜ਼ਿਆਦਾ ਸਟੱਡੀਜ਼ ਆ ਰਹੀਆਂ ਕਿ ਪਲਾਂਟ ਬੇਸਡ ਡਾਇਟ ਜਿਹੜੀ ਆ ਦ ਬੈਸਟ ਡਾਇਟ ਅੱਛਾ ਮਨਦੀਪ ਜੀ ਨਾ ਸੀਰੀਅਲ ਦੇ ਸਕਦੇ ਆ ਬ੍ਰੈਕਫਾਸਟ ਦੇ ਵਿੱਚ ਦੈਟਸ ਨਾਟ ਗੁੱਡ ਨਾ ਆਪਾ ਐਗ ਦੇ ਸਕਦੇ ਆ ਨਾ ਆਪਾਂ ਡੇਰੀ ਦੇ ਸਕਦੇ ਆ ਰਹਿ ਕੀ ਗਈ ਆਪਸ਼ਨ ਕੀ ਆ ਫਿਰ অপশনস ਆਪਣੇ ਕੋ ਹੈਗੀਆਂ ਨੇ ਉਹਨਾਂ ਨੂੰ স্মੂਦੀਸ ਦਾ ਹੂੰ ਫਰੂਟਸ ਦਾ ਹੂੰ ਫਰੂਟ ਸੈਲਰ ਬਣਾ ਲਓ ਫਮ ਇੱਕ ਦਿਨ ਪਹਿਲਾਂ ਥੋੜਾ ਪਲੈਨਿੰਗ ਕਰ ਲਓ ਕਿ ਕੱਲ੍ਹ ਸਵੇਰ ਨੂੰ ਅਸੀਂ ਬ੍ਰੇਕਫਾਸਟ ਐਜ਼ ਅ ਫੈਮਲੀ ਐਜ਼ ਅ ਫੈਮਲੀ ਕਰ ਲਓ ਹੈਨਾ ਜਿੰਨਾ ਡਿਫਰੈਂਟ ਡਿਫਰੈਂਟ ਬ੍ਰੇਕਫਾਸਟ ਬਣਾਉਣ ਨਾਲੋਂ ਕਿ ਆਪਾਂ ਸਾਰੇ ਫੈਮਲੀ ਨੇ ਸਵੇਰੇ ਬ੍ਰੇਕਫਾਸਟ ਆਹਾ ਹੋਊਗਾ ਹੈਨਾ ਥੋੜੇ ਰੂਲਸ ਐਂਡ ਰੈਗੂਲੇਸ਼ਨ ਬਣਾਉਣੇ ਪੈਂਦੇ ਫੈ ਪਰਿਵਾਰ ਦੇ ਵਿੱਚ ਤੇ ਡੈਡੀ ਮੰਮੀ ਦਾਦੀ ਦਾਦਾ ਸਾਰੇ ਜੇ ਆਪਾਂ ਕੰਟ੍ਰਿਬਿਊਟ ਕਰੀਏ ਕਿ ਨਹੀਂ ਆਪਾਂ ਕੁਛ ਇੱਕ ਰੂਲ ਸੈੱਟ ਕਰੀਏ ਪਰਵਾਰ ਦੇ ਕੋਈ ਇਕਲੇ ਨਹੀਂ ਸਾਰਿਆਂ ਲਈ ਚੰਗੇ ਨੇ ਹੈਨਾ ਤੇ ਸਵੇਰੇ ਸਮੂਦੀਸ ਬਣਾ ਲਓ ਤੇ ਬੱਚਿਆਂ ਨੂੰ ਖੁਦ ਇਨਵੋਲਵ ਕਰੋ ਉਹਨਾਂ ਨੂੰ ਪੁੱਛੋ ਕਿ ਕਈ ਬੱਚੇ ਨੇ ਕਹਿੰਦੇ ਨੇ ਕਿ ਮੈਨੂੰ ਸਮੂਦੀ ਸਵਾਦ ਨਹੀਂ ਲੱਗਦੀ ਹਾਂ ਉਹਨਾਂ ਨੂੰ ਪੁੱਛੋ ਤੁਹਾਨੂੰ ਕੀ ਸਵਾਦ ਆਦਾ ਕਿਦਾਂ ਦੀ ਸਮੂਦੀ ਸਵਾਦ ਲੱਗੋਗੀ ਕਿਹੜੇ ਫਰੂਟਸ ਲਾਈਕ ਕਰਾਂਗੇ ਖੁਦ ਬਣਾ ਆ ਜਾ ਪਹਿਲਾਂ ਟਰਾਈ ਕਰੋ ਉਹਦੇ ਨਾਲ ਬੱਚੇ ਨਾਲ ਪਲੇ ਅਰਾਊਂਡ ਕਰੋ ਉਹਨੂੰ ਜਦੋਂ ਆਪਣੇ ਹੱਥਾਂ ਨਾਲ ਫਰੂਟ ਪਾਉਂਦੇ ਨੇ ਨਾ ਬੱਚੇ ਉਹਨੂੰ ਦੇਖਿਓ ਉਹ ਡਰੂ ਟਰਾਈ ਕਰੇਗਾ ਜੇ ਤੁਸੀਂ ਬਣਾ ਕੇ ਦੋਗੇ ਫੋਰਸਫੁਲੀ ਕਿ ਟਰਾਈ ਕਰ ਟਰਾਈ ਕਰ ਮੈਂ ਬਣਾਈ ਆ ਉਹ ਬੱਚੇ ਡਰਦਾ ਰਹਿੰਦਾ ਕਿ ਪਤਾ ਨਹੀਂ ਮੰਮੀ ਨੇ ਕੋਈ ਨਾ ਕੋਈ ਵਿੱਚ ਨਾ ਹਲਦੀ ਹਲਦੀ ਪਾਈ ਹੋਣੀ ਆ ਹਾਂ ਤੇ ਸਵਾਦ ਨਹੀਂ ਹੋਣੀ ਜਦੋਂ ਖੁਦ ਬਣਾਉਣਗੇ ਉਹ ਭਾਵੇਂ ਠੀਕ ਬਣੀ ਨਹੀਂ ਬਣੀ ਪਰ ਉਹ ਟਰਾਈ ਜ਼ਰੂਰ ਕਰਨਗੇ ਬਿਕਾਉਜ਼ ਦੇ ਨੋ ਕਿ ਉਹਦੇ ਵਿੱਚ ਕੀ ਗਿਆ ਹਾਂ ਹੈਨਾ ਫਿਰ ਉਹ ਜਦੋਂ ਬਣਾਉਂਦੇ ਨੇ ਉਦੋਂ ਉਹਨਾਂ ਨੂੰ ਐਨਕਰੇਜ ਕਰੋ ਕਿ ਇਹਦੇ ਵਿੱਚ ਥੋੜਾ ਜਿਹਾ ਨਾ ਤੂੰ ਇੱਕ ਦੋ ਬਦਾਮ ਪਾ ਕੇ ਦੇਖ ਜਦੋਂ ਪਾਣੀ ਔਰ ਬਦਾਮ ਇਕੱਠੇ ਹੋਏ ਤਾਂ ਅਲਮੰਟ ਮਲਕੀ ਬਣ ਗਿਆ ਹਾਂ ਇੱਕ ਇੱਕ ਦਿਨ ਉਹ ਬਣਾ ਕੇ ਜਾਂ ਕਹ ਲੋ ਅੱਜ ਹੈਮਸੀਡ ਪਾ ਕੇ ਦੇਖ ਥੋੜੇ ਜੇ ਹਮ ਅੱਜ ਚੀਆ ਸੀਡਸ ਪਾ ਕੇ ਦੇਖ ਹਮ ਜਦੋਂ ਵਿੱਚ ਕੁਝ ਸੀਡਸ ਪਾਣੀ ਨਾਲ ਮਿਕਸ ਹੋ ਗਏ ਉਹ ਹੀ ਮਿਲਕ ਬਣ ਗਿਆ ਸੋ ਤੁਹਾਨੂੰ ਫਿਰ ਡੇਰੀ ਪਾਉਣ ਦੀ ਲੋੜ ਨਹੀਂ ਠੀਕ ਹੈ ਉਹ ਹੀ ਡੇਰੀ ਬਣ ਗਈ ਡੇਰੀ ਬਣ ਗਈ ਜਿਹੜਾ ਵੀ ਸੀਡ ਪਾਓਗੇ ਠੀਕ ਹੈ ਜੀ ਹੋਰ ਕੋਈ ਆਪਸ਼ਨਸ ਹੈ ਕੀ ਜੀ ਸਮੂਦੀ ਤੋਂ ਇਲਾਵਾ ਸਮੂਦੀ ਦਾ ਖੈਰ ਆਪਾਂ ਪਿਛਲੀ ਵਾਰ ਵੀ ਡਿਸਕਸ ਕੀਤਾ ਸੀ ਟੋਸਟ ਬਣਾ ਲਓ ਓਕੇ ਅਵੋਕਾਡੋ ਟੋਸਟ ਬਣਾ ਲਓ ਚੀਆ ਪੁडिंग ਬਣਾ ਲਓ ਮਾਈ ਗਰਲਸ ਲਵ ਚੀਆ ਪੁडिंग ਸੋ ਯੂ نو ਪਹਿਲਾਂ ਉਹ ਕੀ ਕਰਦੀਆਂ ਨੇ ਅ ਜਿਹੜੀਆਂ ਆਪਣੇ ਸਲੱਸ਼ੀ ਬਣਾ ਕੇ ਐਜ਼ ਅ ਸਮੂਦੀ ਜਦੋਂ ਪਤਲੀ ਹੁੰਦੀਆਂ ਸਲੱਸ਼ੀ ਜਦੋਂ ਥਿੱਕ ਸਮੂਦੀ ਕਹ ਲਓ ਲਾਈਕ ਆਈਸਕ੍ਰੀਮ ਹੂੰ ਉਹਦੇ ਉੱਪਰ ਚੀਆ ਪੁडिंग ਪਾ ਲੈਂਦੀਆਂ ਨੇ ਹੂੰ ਬੇਸ ਇਜ਼ ਸਲੱਸ਼ੀ ਉੱਪਰ ਚੀਆ ਪੁडिंग ਉਪਰ ਹੈਲਦੀ ਸੀਰੀਅਲਸ ਵੀ ਆਉਂਦੇ ਨੇ ਕਈ ਕਿਹੜੇ-ਕਿਹੜੇ ਆ ਜੀ ਥੋੜਾ ਜਿਹਾ ਦੱਸੋ ਆਈਡੀਆ ਦਿਓ ਕਿਹੜੇ-ਕਿਹੜੇ ਹੈਲਦੀ ਸੀਰੀਅਲਸ ਜਦੋਂ ਤੁਸੀਂ ਆਰਗੈਨਿਕ ਸਟੋਰਸ ਵਗੈਰਾ ਜਾਣੇ ਆ ਕਿਸੇ ਵੀ ਉੱਥੇ ਮੋਸਟਲੀ ਤੁਸੀਂ ਦੇਖੋਗੇ ਤਾਂ ਉੱਥੇ ਹੈਲਦੀ ਸੀਰੀਅਲਸ ਵੀ ਹੁੰਦੇ ਨੇ ਤੁਸੀਂ ਆਪਣੇ ਕੁਝ ਇੱਕ ਬ੍ਰਾਂਡਸ ਹੈਗੇ ਨੇ ਹੁਣ ਮੇਰੇ ਦਿਮਾਗ 'ਚ ਨਹੀਂ ਆ ਰਹਾ ਕਿ ਮੈਨੂੰ ਤਾਂ ਹੁਣ ਆਦ ਪੈ ਗਈ ਨਾ ਵੀ ਪਤਾ ਵੀ ਆਹ ਲੈ ਕੇ ਆਉਣੇ ਨੇ ਆਹ ਬ੍ਰਾਂਡਸ ਲੈ ਕੇ ਆਉਣੇ ਨੇ ਹਾਂ ਤੇ ਉਹ ਤੁਸੀਂ ਜਾ ਕੇ ਪਤਾ ਲਾਇਨਾ ਤੁਸੀਂ ਲੇਬਲ ਪੜੋਗੇ 슈ਗਰ ਕਿਹੜੇ ਚੀਜ਼ ਸੀਰੀਅਲਸ 'ਚ ਘੱਟ ਹੈ ਓਕੇ ਟੂ ਹੋਲ ਗ੍ਰੇਨਸ ਨੇ ਅਮ ਪ੍ਰੋਸੈਸਡ ਘੱਟ ਨੇ ਕਲਰਸ ਨਹੀਂ ਪਾਏ ਹੋਏ ਵਿੱਚ ਆਰਟੀਫੀਸ਼ੀਅਲ ਫਲੇਵਰਸ ਨਹੀਂ ਪਾਏ ਹੋਏ ਠੀਕ ਹੈ ਉਹ ਅਮ ਗਨੋਲਾਸ ਆਪਣੇ ਲੈ ਆਓ ਨਾ ਠੀਕ ਹੈ ਉਹ ਪਾ ਲਓ ਉੱਪਰ ਉਹ ਬੜਾ ਸੋਹਣਾ ਬਣ ਜਾਂਦਾ ਬ੍ਰੇਕਫਾਸਟ ਸਲੱਸ਼ੀ ਚੀਆ ਪੁੱਡਿੰਗ ਉੱਪਰ ਗਨੋਲਾਸ ਚੀਆ ਪੁੱਡਿੰਗ ਕਿਵੇਂ ਬਣਾਈਦੀ ਹੈ ਜੀ ਚੀਆ ਪੁੱਡਿੰਗ ਬਾਰੇ ਦੱਸੋ ਚੀਆ ਪੁੱਡਿੰਗ ਜਿਸ ਦਾ ਜਿਹੜੇ ਚੀਆ ਸੀਡਸ ਹੈਗੇ ਨੇ ਉਹਨੂੰ ਐਲਮੰਟ ਮਿਲਕ ਲੈ ਲਓ ਜਾਂ ਕੋਕੋਨਟ ਮਿਲਕ ਲੈ ਲਓ ਉਦੇ ਵਿੱਚ ਮਿਕਸ ਕਰ ਲਓ ਜਦੋਂ ਇੱਕ ਕੱਪ ਲੈ ਲਓ ਕੋਕੋਨਟ ਮਿਲਕ ਜੈਲਮਨ ਮਿਲਕ ਹੈਗਾ ਆ ਉਹਦੇ ਵਿੱਚ ਦੋ ਚਮਚ 2 2 1/2 टीस्पून ਹੈ ਨਾ ਅਚੀਬ ਮਿਕਸ ਕਰਕੇ ਉਹਨੂੰ 3-4 ਆਵਰਸ ਲਈ ਰੱਖ ਦਿਓ ਜਾਂ ਓਵਰਨਾਈਟ ਰੱਖ ਦਿਓ ਓਕੇ ਵਿੱਚ ਥੋੜਾ ਜਿਹਾ ਮੇਪਲ ਸਰਪ ਪਾ ਲਓ ਠੀਕ ਹੈ সুইਟਨੈਸ ਲਈ ਠੀਕ ਹੈ ਥੋੜਾ ਜਿਹਾ ਜੇ ਤੁਸੀਂ ਲਾਈਕ ਕਰਦੇ ਆ I like shredded coconut ਹੂੰ ਥੋੜਾ ਸ਼ਰੇਡੇਡ ਕੋਕੋਨਟ ਪਾ ਲਓ ਤੇ ਉਹਨੂੰ ਓਵਰਨਾਈਟ ਰਹਿਣ ਦਿਓ ਲੈਟਰ ਸੈਟ ਐਂਡ ਆ ਮੇਰੀ ਡਾਟਰ ਜਿਹੜੀ ਛੋਟੀ ਹੈ ਉਹਨੂੰ ਨਿੱਕੀ ਇਲਾਇਚੀ ਦਾ ਆ ਫਲੇਵਰ ਬਹੁਤ ਸਵਾਲ ਲੱਗਦਾ ਸੋ ਨਿੱਕੀ ਇਲਾਚੀ ਦੇ ਸੀਡਸ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਉਹ ਹਮੇਸ਼ਾ ਆਪਣੀ ਚੀਆ ਪੁਡਿੰਗ ਚ ਉਹ ਪਾਉਂਦੀ ਹੈ ਠੀਕ ਆ ਸੋ ਉਹਦੇ ਨਾਲ ਜਦੋਂ ਇੰਡੀਆ ਕੁਲਫੀ ਨਹੀਂ ਸੀ ਆਉਂਦੀ ਤੇ ਇਲਾਚੀ ਵਾਲੀ ਉਹਦਾ ਉਹ ਫਲੇਵਰ ਆ ਜਾਂਦਾ ਓਕੇ ਜਸਟ ਤੁਸੀਂ ਅਡੈਕ ਜਦੋਂ ਇੱਕ ਵਾਰੀ ਸ਼ੁਰੂ ਕਰਦੇ ਨੇ ਨਾ ਚੀਆ ਪੁਡਿੰਗ ਖਾਣੇ ਇਟਸ ਈਜ਼ੀ ਟੂ ਮੇਕ ਦੈਨ ਇਟਸ ਵੈਰੀ ਈਜ਼ੀ ਆਮਨ ਮਿਲਕ ਲੈ ਲਿਆ ਜਾਂ ਕੋਕੋਨਟ ਮਿਲਕ ਲੈ ਲਿਆ ਉਹਦੇ ਵਿੱਚ ਚੀਆ ਸੀਡਸ ਪਾ ਲਿਆ ਜੋ ਵੀ ਤੁਸੀਂ ਹੋਰ ਪਾਉਣਾ ਹੈਗਾ ਆਪਣਾ ਸ਼੍ਰੈਡਡ ਕੋਕੋਨਟ ਪਾ ਲਓ ਇਲਾਈਚੀ ਵਾਟ ਐਵਰ ਕੋਈ ਵੀ ਜੇ ਤੁਸੀਂ ਪੰਪਕਿਨ ਸੀਡਸ ਸਨਫਲਾవర్ ਸੀਡਸ ਸੈਸਮੀ ਸੀਡਸ ਐਨੀ ਸੀਡਸ ਦੈਟ ਯੂ ਲਾਈਕ ਐਂਡ ਲੈਟ ਦੈਮ ਸੈਟ ਓਵਰਨਾਈਟ ਬਸ ਉਹਨਾਂ ਨੂੰ ਪਰਾਂ ਰਾਤ ਨੂੰ ਬਣਾ ਕੇ ਰੱਖ ਲਓ ਹਾਂਜੀ ਸਵੇਰੇ ਬਸ ਚੁੱਕੋ ਬਰੇਕਫਾਸਟ ਇਟਸ ਰੈਡੀ ਟੂ ਈਟ ਉੱਪਰ ਜੇ ਤੁਸੀਂ ਫਰੋਜ਼ਨ 베ਰੀਜ਼ ਪਾਣੀ ਹੈ ਆਪਣੇ ਫ੍ਰੀਜਰ ਚ ਫਰੋਜ਼ਨ 베ਰੀਜ਼ ਤਾਂ ਸਾਰਿਆਂ ਦੇ ਹੁੰਦੀਆਂ ਨੇ ਉੱਪ ਬਲੂਬੇਰੀਸ ਪਾ ਲਓ एवरीडे देन ਇਟ ਇਜ਼ ਅ ਡਿਫਰੈਂਟ ਬ੍ਰੈਕਫਾਸਟ ਫਾਰ ਯੂ ਬੀਸੋ ਦਾ ਚੀਆ ਪੁੱਡਿੰਗ ਹੋ ਗਿਆ ਪਰ ਬਲੂਬੇਰੀਸ ਪਾ ਲਓ ਜਾਂ ਆਪਣੇ ਜਿਹੜੇ ਗਨੋਲਾਸ ਹੁੰਦੇ ਨੇ ਉਹ ਪਾ ਲਓ ਇਹ ਤਾਂ ਸੌਖਾ ਹੈ ਜੀ ਕੰਮ ਹਾਂਜੀ ਹਾਂਜੀ ਬਹੁਤ ਸੌਖਾ ਹੈ ਤੇ ਰਾਤ ਨੂੰ ਬਣਾ ਕੇ ਰੱਖੋ ਤੇ देन ਯੂ ਆਰ ਗੁੱਡ ਟੂ ਗੋ ਇਨ ਦਾ ਮਾਰਨਿੰਗ ਕੋਈ ਸਟ੍ਰੈਸ ਨਹੀਂ ਐਵੋਕਾਡੋ ਟੋਸਟ ਐਵੋਕਾਡੋ ਟੋਸਟ ਬਣਾ ਲਓ ਤੇ ਐਵੋਕਾਡੋ ਟੋਸਟ ਦੇ ਵਿੱਚ ਬ੍ਰੈਡ ਕਿਹੜੀ ਯੂਜ਼ ਕੀਤੀ ਜਾਵੇ ਬ੍ਰੈਡ ਜਿਹੜੀ ਹੈ ਮੋਸਟਲੀ ਟਰਾਈ ਕਰੋ ਕਿ ਸਪਰਾਉਟਰ ਬ੍ਰੈਡਸ ਜਾਂ ਅਰਜ਼ੀਕਲ ਬ੍ਰੈਡ ਇਸ ਜ਼ੀਕਲ ਬ੍ਰੈਡ ਜਿਹੜੀ ਹੈ ਅੱਗੇ ਵੀ ਦੱਸਿਆ ਸੀ ਆਪਾਂ ਵੀ ਫਰੋਜ਼ਨ ਹੁੰਦੀ ਹੈ ਇਹਦੇ ਵਿੱਚ ਕੋਈ ਪ੍ਰੀਜ਼ਰਵਟਿਵ ਨਹੀਂ ਹੁੰਦਾ ਇਹ ਹਮੇਸ਼ਾ ਫਰੀਜ਼ਰ ਸੈਕਸ਼ਨ 'ਚ ਹੁੰਦੀ ਹੈ ਜ਼ੀਕਲ ਬ੍ਰੈਡ ਜ਼ੀਕਲ ਬ੍ਰੈਡ ਓਕੇ ਹਾਂਜੀ ਸੋ ਉਹਦੇ ਤੇ ਬਣਾ ਦੋ ਆਪਾਂ ਜੇ ਗੱਲ ਕਰੀਏ ਜਿਹੜੇ ਬੱਚੇ ਅੱਜਕੱਲ ওভার weight ਨੇ ਸਕੂਲਾਂ ਦੇ ਵਿੱਚ ਆਮ ਦੇਖਣ ਨੂੰ ਮਿਲ ਰਿਹਾ ਕਿ ਬੱਚਿਆਂ ਦਾ weight ਇਸ ਬਿਕਮਿੰਗ ਅ ਇਸ਼ੂ ਹੈ ਨਾ ਸੋ ਮੈਨੂੰ ਕਈ ਵਾਰ ਦੇਖ ਕੇ ਨਾ ਬੜਾ ਬੈਡ ਫੀਲ ਹੁੰਦਾ ਕਿ ਅਸੀਂ ਮੇ ਮੋਸਟਲੀ ਮੈਨ ਜਦੋਂ ਕੋਈ ਬੱਚਾ ਓਵਰ weight ਦੇਖਦੀ ਹੈ ਨਾ ਮੈਨੂੰ ਲੱਗੂਗਾ ਵੀ ਮੈਂ ਵੀ ਹੈਲਪ ਕਰਤੀ ਜਾਵਾਂਗੀ ਹੈਲਪ ਕੀਤੀ ਜਾਵੇ ਬੱਚੇ ਦੀ ਕਿਉਂਕਿ ਜੇ ਬੱਚਾ ਓਵਰ weight ਹੈ ਬੱਚੇ ਦਾ ਕੰਫੀਡੈਂਸ ਲੂਸ ਹੁੰਦਾ ਜਦੋਂ ਬੱਚੇ ਦਾ ਕੰਫੀਡੈਂਸ ਲੂਸ ਹੁੰਦਾ ਉਦੋਂ ਬੜਾ ਬੈਡ ਫੀਲ ਹੁੰਦਾ ਕਿ ਨਹੀਂ ਬੱਚਾ ਬੜਾ ਇੰਟੈਲੀਜੈਂਟ ਹੁੰਦੇ ਨੇ ਸਾਰੇ ਬੱਚੇ ਪਰ ਉਹ ਕਈ ਵੇਲੇ ਉਹ ਇਨਵਾਇਰਨਮੈਂਟ ਇਵੇਂ ਮਿਲ ਜਾਂਦਾ ਹੈ ਸ਼ੁਰੂ ਤੋਂ ਹੀ ਤੇ ਉਹ ਬੱਚੇ ਨੂੰ ਵੀ ਪੇਰੈਂਟਸ ਨੂੰ ਕੋਈ ਕਸੂਰ ਨਹੀਂ ਹੁੰਦਾ ਨਾ ਪੇ ਮਦਰ ਦਾ ਨਾ ਫਾਦਰ ਦਾ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਇਸ ਜਸਟ ਉਹਨਾਂ ਨੂੰ ਕੈਨੋ ਅਵੇਅਰਨੈਸ ਨਹੀਂ ਹੁੰਦੀ ਕਿ ਵਸੇ ਕੀ ਕਰਨਾ ਚਾਹੀਦਾ ਸੀ ਜਿਹੜਾ ਫੂਡ ਐਨਵਾਇਰਨਮੈਂਟ ਆਪਾਂ ਆਪਣੇ ਆਲੇ ਦੁਆਲੇ ਵੀ ਬਣਾ ਲੈਂਦੇ ਆ ਸੇਮ ਹੀ ਬੱਚੇ ਵਾਸਤੇ ਹੋ ਜਾਂਦਾ ਸੇਮ ਹੀ ਬੱਚੇ ਵਾਸਤੇ ਆ ਹੈਨਾ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿਹੜੀਆਂ ਚੇਂਜਸ ਕਰੀਏ ਕਿੱਦਾਂ ਬੱਚੇ ਨੂੰ ਕਿਹੜਾ ਬ੍ਰੇਕਫਾਸਟ ਦਈਏ ਕੀ ਲਾਂਚ ਦਈਏ ਜਦੋਂ ਬੱਚਾ ਖਿੱਚਦਾ ਆ ਮੈਨੂੰ ਭੁੱਖ ਲੱਗੀ ਆ ਉਦੋਂ ਸਾਨੂੰ ਜੋ ਵੀ ਉਹਨੂੰ ਚੰਗਾ ਲੱਗਦਾ ਅਸੀਂ ਰੈਡੀਲੀ ਅਵੇਲੇਬਲ ਜੋ ਹੁੰਦਾ ਦੇ ਦਿੰਨੇ ਬਿਲਕੁਲ ਸੀਰੀਅਲ ਖਾਣਾ ਬਹੁਤ ਹੈਨਾ ਜਾਂ ਪੀਜ਼ਾ ਪ ਓਕਾ ਜੂਸ ਪੀਲਾ ਪਾਸਲਾ ਜੂਸ ਪੀਲਾ ਜੂਸ ਕੀ ਹੈ ਜੂਸ ਇਜ਼ 올 슈ਗਰ ਹੈ ਨਾ ਮੇਰਾ ਬੜਾ ਇੱਕ ਪਿਆਰਾ ਜਿਹਾ ਇਨਸੀਡੈਂਸ ਹੋਇਆ ਲਾ ਫਿਊ ਵੀਕਸ ਬੈਕ ਮੈਂ ਗ੍ਰੀਨ ਜੂਸ ਜਦਾਂ ਖੜੀ ਸੀਗੀ ਲੈਣ ਨੂੰ ਉੱਥੇ ਇੱਕ ਆਪਣੇ ਵੀਰ ਜੀ ਆਏ ਉਹਨਾਂ ਦੇ ਨਾਲ 2 ਸਾਲ ਦੀ ਬੱਚੀ ਸੀਗੀ ਓਕੇ ਤੇ ਉਹਨਾਂ ਨੇ ਉਹਦੇ ਲਈ ਜੂਸ ਆਰਡਰ ਕੀਤਾ ਮੈਨੂੰ ਬੜਾ ਸੋਹਣਾ ਵਧੀਆ ਲੱਗਿਆ ਕਿ ਉਹਨਾਂ ਨੇ ਗ੍ਰੀਨ ਜੂਸ ਆਰਡਰ ਕੀਤਾ ਆਪਣੀ ਬੇਟੀ ਲਈ 2 ਸਾਲ ਦੇ ਲਈ ਤੇ ਮੈਂ ਕਹਿੰਨਾ ਮੈਨੂੰ ਰਿਹਾ ਨਹੀਂ ਗਿਆ ਉਹਨਾਂ ਨਾਲ ਗੱਲ ਕਰਨ ਨੂੰ ਮੈਂ ਕਿਹਾ ਵੀਰ ਜੀ ਮੈਂ ਤੁਹਾਨੂੰ ਪੁੱਛ ਸਕਦੀ ਆ ਵੀ ਤੁਸੀਂ ਇਹਨੂੰ ਗ੍ਰੀਨ ਜੂਸ ਮੈਂ ਸੋਚਿਆ ਕਿ ਮੋਸਟਲੀ ਇਹ ਹੁੰਦਾ ਕਿ ਹੈਲਥ ਇਸ਼ੂ ਆ ਵੀ ਕੋਈ ਤੁਸੀਂ ਇਹਨੂੰ ਗ੍ਰੀਨ ਜੂਸ ਕਿਉਂ ਪਿਆ ਰਹੇ ਕਹਿੰਦੇ ਨਹੀਂ ਜੀ ਕੋਈ ਹੈਲਥ ਇਸ਼ੂ ਨਹੀਂ ਹੈ ਪਰ ਜਦੋਂ ਦੀ ਇਹ ਬੌਰਨ ਹੋਈ ਆ ਸੀ ਇਹਨੂੰ 슈ਗਰ ਇੰਟਰੋਡਿਊਸ ਨਹੀਂ ਕੀਤੀ ਅੱਛਾ ਕੋਈ ਜੂਸ ਨਹੀਂ ਇੰਟਰੋਡਿਊਸ ਕੀਤਾ ਮੈਨੂੰ ਪਹਿਲਾਂ ਤਾਂ ਇੰਨਾ ਪਿਆਰਾ ਲੱਗਾ ਕਿ ਫਾਦਰ ਐਂਡ ਡਾਟਰ ਕੁਆਲਿਟੀ ਟਾਈਮ ਕਿੰਨਾ ਸੋਹਣਾ ਵੀ ਉਹਨੂੰ ਘਰੋਂ ਲੈ ਜੋਸ ਪੀ ਕੇ ਆਈਏ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਮੈਨੂੰ ਸੈਲਰੀ ਕਿਊਕੰਬਰ ਤੇ ਉਹਦਾ ਜੂਸ ਦੇ ਨਾਲ ਥੋੜਾ ਜਿਹਾ ਐਕਸਟਰਾ ਐਪਲ ਪਾਇਓ ਇਹਦੇ ਲਈ ਵੀ ਇਹਨੂੰ ਸਵੀਟ ਲੱਗੇ ਹੈਨਾ ਗ੍ਰੀਨ ਐਪਲ ਪਾਇਆ ਉਹਨਾਂ ਨੇ ਵਿੱਚ ਉਹਦੇ ਤੇ ਮੈਂ ਕਿਹਾ ਪੀ ਲੈਂਦੀ ਆ ਕਹਿੰਦੇ ਹਾਂ ਪੀ ਲੈਂਦੀ ਆ ਕਹਿੰਦੇ ਕਿਉਂਕਿ ਮੈਂ ਐਪਲ ਹਮੇਸ਼ਾ ਐਕਸਟਰਾ ਪਾਉਣਾ ਕਹਿੰਦੇ ਸਿਰਫ ਮੈਨੂੰ ਤਾਂ ਜਿੰਨਾ ਗ੍ਰੀਨ ਜੂਸ ਲੈ ਕੇ ਕਿ ਗ੍ਰੀਨਸ ਦੇ ਕਲਰ ਤੋਂ ਡਰੇ ਨਾ ਲਾਈਫ ਇਨੇ ਮੈਨੂੰ ਇਨਾ ਬੜਾ दैट इज व्हाट ਵੀ ਕਾਲ ਫੂਡ এনवायरमेंट ਜਿਹੜਾ ਆਪਾਂ ਫੂਡ এনवायरमेंट ਦੀ ਗੱਲ ਕਰ ਰਹੇ ਆ ਕਿਹਨੇ ਮੈਂ ਕਿਹਾ ਤੁਹਾਡੇ ਬਰਥਡੇ ਮਨਾਇਆ ਫਸਟ ਕਿਹਨੇ ਹਾਂ ਮਨਾਇਆ ਸੀਗਾ ਤੇ ਮੈਂ ਕਿਹਾ ਉੱਥੇ ਕੇਕ ਨਹੀਂ ਆਇਆ ਕਿਹਨੇ ਨਹੀਂ ਅਸੀਂ ਕਿਹਨੇ ਫਰੂਟ ਕੇਕ ਮੰਗਾਇਆ ਸੀ ਉਹ ਜਿਹੜਾ ਅੱਜਕੱਲ ਬੜੇ ਸੋਹਣੇ ਆਂਦੇ ਨੇ 베이스 ਵਾਟਰਮੈਲਨ ਜਾਂ ਕੈਂਟਲੂਪ ਹੁੰਦਾ ਕਿਹਨੇ ਉਹੀ ਖਾਧਾ ਤਾਂ ਕਿਹਨੇ ਇਹਨੂੰ 슈ਗਰ ਦਾ ਟੇਸਟ ਅਸੀਂ ਇੰਟਰੋਡਿਊਸ ਨਹੀਂ ਕੀਤਾ ਤੇ ਮੈਂ ਕਿਹਾ ਇਸ ਤੋਂ ਵੱਡੀ ਹੈ ਨਾ ਪਰ ਬੈਟਰ ਕੀ ਹੋ ਸਕਦਾ ਮੈਨੂੰ ਮੈਨੂੰ ਇਦਾਂ ਲੱਗਾ ਹਾਈ ਵਾਏ ਆਈ ਵਿਸ਼ ਆਈ ਨਿਊ ਨੇ 올 ਦਿਸ ਕਿ ਅਸੀਂ ਆਪਣੇ ਬੱਚਿਆਂ ਦੇ ਕੇਕ ਤਾਂ ਸ਼ੂਗਰ ਵਾਲੇ ਖਾਏ ਨੇ ਪਰ ਚਲੋ ਉਹ ਤਾਂ ਹੋ ਗਿਆ ਵਾਂਸੇ ਹੀ ਹੈ ਪਰ ఎవਰੀ ਡੇ ఎవਰੀ ਡੇ ਬ੍ਰੈਕਫਾਸਟ ਹੈ ਨਾ ఎవਰੀ ਡੇ ਹੈ ਨਾ ਜਿ ਕੋਨ ਮੋਸਟਲੀ ਕੀ ਹੁੰਦਾ ਕਿ ਅਸੀਂ ਜਾਣਦੇ ਹਾਂ ਸਟੋਰੇਜ ਮੈਂ ਕਿੰਨੇ ਸਾਰੇ ਪੇਰੈਂਟਸ ਨੂੰ ਕਿ ਮੈਂ ਨਾ ਮੇਰੇ ਵੀ ਪੈਰ ਨਾ ਕਈ ਵੇਲੇ ਜਦੋਂ ਕੋਸਕੋ ਜਾਂਦੇ ਹਾਂ बेकिंग एरिया ਨੂੰ ਜਾਂਦੇ ਜਾਂਦੇ ਰੁਕਦੇ ਨੇ ਫੇਰ ਮੈਂ ਤਾਂ ਖੜੀ ਹੋ ਸੋਚਦੀ ਆ ਡੂ ਆਈ ਰੀਅਲੀ ਨੀਰ ਐਨੀਥਿੰਗ ਹੂੰ ਵੀ ਫਿਰ ਮੇਰੇ ਵੈਰੀ ক্লোਜ਼ ਫਰੈਂਡ ਉਹਨਾਂ ਨੇ ਇੱਕ ਵਾਰੀ ਕਿਹਾ ਸੀ ਕਿ ਨਾ ਜਦੋਂ ਵੀ ਇਹਨਾਂ ਕੁਝ ਤਾਂ ਜੀ ਕਰੇ ਵੀ ਆ ਬੱਚਿਆਂ ਲਈ ਆ ਲੈ ਜਾਓ ਸੋਚੋ ਕਿ ਇਸ ਸਲੋ ਪੌਇਜ਼ਨਿੰਗ ਯੈਸ ਆਮ ਸਲੋ ਪੌਇਜ਼ਨਿੰਗ ਮਾਈ ਕਿਡਸ ਨਾ ਵੀ ਤੁਸੀਂ ਇਹ ਸੋਚੋ ਮੈਂ ਕਿੰਨਾ ਕ ਪਿਆਰ ਕਰਦੀ ਆ ਵੀ ਊਡ ਯੂ ਲਾਈਕ ਟੂ ਸਲੋ ਪੌਇਜ਼ਨ ਯੂ ਕਿਡ ਵੀ ਮੈਂ ਹੌਲੀ ਹੌਲੀ ਬੱਚਿਆਂ ਨੂੰ ਮਾਰਨਾ ਚਾਹੁੰਦੀ ਆ ਹੈਨਾ ਵਿਕੀ ਕਾ ਨਾ ਸੀ ਇਹੀ ਕਰ ਰਹਾ ਸੀ ਕਿ ਕਹਿੰਦੇ ਦੇਖੋ ਪਹਿਲਾਂ ਤਾਂ ਕੋਸਕੋ ਦਾ ਡੱਬਾ ਕਿੰਨਾ ਵੱਡਾ ਹੁੰਦਾ ਫਿਰ ਇਹ ਨਹੀਂ ਪਤਾ ਉਹ ਕਦੋਂ ਦਾ ਬੇਕ ਹੋਇਆ ਉਹਦੀ ਐਕਸਪਾਇਰੀ ਤਾਂ ਕਿੰਨੀ ਕਿੰਨੀ ਹੁੰਦੀ ਹੈ ਤੇ ਉੱਪਰੋਂ ਕੀ ਹੈ ਉਹ ਚ ਸਾਰੇ ਮਾੜੇ ਤੇਲ 슈ਗਰ ਆਰਟੀਫੀਸ਼ਲ ਕਲਰਸ ਨਾਥਿੰਗ ਗੁੱਡ ਇਨ ਇਟ ਹੈਨਾ ਤੇ ਉੱਪਰ ਲਿਖ ਕਈ ਵੇਲੇ ਲਿਖਿਆ ਹੁੰਦਾ ਆ ਜਿਹੜੀ ਚੰਗੀਆਂ ਚੀਜ਼ਾਂ ਹੁੰਦੀਆਂ ਉਹ ਹਾਈਲਾਈਟ ਕੀਤੀਆਂ ਹੁੰਦੀਆਂ ਪਰ ਉਹ ਜਿਹੜੇ ਹਿਡਨ ਅ ਗਰੀਡੀਅੰਟਸ ਹੁੰਦੇ ਆ ਉਹਨਾਂ ਨੂੰ ਮੈਂਸ਼ਨ ਪਿੱਛੇ ਜੇ ਹੌਲੀ ਜਿਹੇ ਦਿਨ ਕੀਤਾ ਹੁੰਦਾ ਵੀ ਆ ਵੀ ਵਿੱਚ ਹੈਗਾ ਤੇ ਕਿਸੇ ਕੰਪਨੀ ਨੂੰ ਸਾਡੇ ਬੱਚਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਮੇਰੇ ਬੱਚਿਆਂ ਨਾਲ ਨਾ ਹੋਰ ਕਿਸੇ ਦੇ ਬੱਚਿਆਂ ਨਾਲ ਤੁਹਾਡੇ ਤੁਹਾਨੂੰ ਆਪ ਤਾਂ ਹੈਗਾ ਬਿਲਕੁਲ ਰਾਈਟ ਹਾਂ ਉਹਨਾਂ ਨੂੰ ਦੇ 올 ਦਾ ਵਨ ਇਜ਼ ਮਨੀ ਯੈਸ ਐਨਾ ਉਹਨਾਂ ਦਾ ਸਿਰਫ ਮੇਨ ਫੋਕਸ ਦਾ ਪੈਸਾ ਬਣਾਉਣਾ ਯੈਸ ਉਹਨਾਂ ਨੂੰ ਨਹੀਂ ਗਾ ਤੁਹਾਡੇ ਬੱਚਿਆਂ ਦੀ ਹੈਲਥ ਹੁਣ ਦੇਖੋ ਅੱਜ ਕੱਲ ਬੱਚਿਆਂ ਨੂੰ ਉਹ ਬਿਮਾਰੀਆਂ ਲੱਗ ਰਹੀਆਂ ਨੇ ਜਿਹੜੀਆਂ ਅਸੀਂ ਇਮੇਜਨ ਨਹੀਂ ਸੀ ਕਰ ਸਕਦੇ ਹਾਉਟ ਪ੍ਰੋਬਲਮ ਉਹੀ ਹੈ ਨਾ ਮਨਦੀਪ ਜੀ ਜੇ ਸ਼ੁਰੂਆਤ ਕੀਤੀ ਜਾਵੇ ਹੈ ਨਾ ਹੁਣ ਜੇ ਬ੍ਰੈਕਫਾਸਟ ਤੋਂ ਹੀ ਹੁਣ ਆਪ ਤਿੰਨ ਆਪਸ਼ਨਸ ਆਪਾਂ ਦੱਸਦੀਆਂ ਹੈ ਨਾ ਇੱਕ ਤਾਂ ਸਮੂਦੀਜ਼ ਹੋ ਗਈਆਂ ਬੱਚਿਆਂ ਨਾਲ ਇਨਵੋਲਵ ਕਰ ਲੋ ਆਪਣੀ ਸਮੂਦੀ ਆਪ ਬਣਾਉਣਗੇ ਤਾਂ ਪੀਣਗੇ ਹੈ ਨਾ ਚੀਆਜ਼ ਐਚੀਆ ਸੀਡ ਪੁੱਟਿੰਗ ਹੋ ਗਈ ਚੀਆ ਸੀਡ ਪੁੱਟਿੰਗ ਸੱਚ ਅ ਹੈਲਥੀ ਥਿੰਗ ਐਂਡ ਸੱਚ ਐਨ ਈਜ਼ੀ ਵੇ ਟੂ ਮੇਕ ਇਟ ਹੈ ਨਾ ਰਾਤ ਨੂੰ ਬਣਾ ਕੇ ਤੁਸੀਂ ਰੱਖ ਦੇਣੀ ਆ ਸਵੇਰੇ ਆਓ ਉਠੋ ਆਪਣਾ ਫਰੋਜ਼ਨ ਫਰੂਟ ਪਾਓ ਗ੍ਰਨੋਲਾ ਪਾਓ ਜੋ ਵੀ ਪਾਉਣਾ ਉਹਦੇ ਉੱਪਰ ਪਾ ਕੇ ਐਨੀਡ ਇਟ ਹੈ ਨਾ ਤੇ ਤੀਸਰਾ ਜਨ Oats ਬਣਾਨੇ ਸਿਖਾਓ ਹੈ ਨਾ Oats ਕਿੰਨੇ ਸਵਾਦ ਲੱਗਦੇ ਨੇ ਸਕੂਲ ਦੇ ਵਿੱਚ ਲੰਚਸ ਕੀ ਦਿੱਤੇ ਜਾਣ ਜੀ ਕੀ ਕੀ ਆਪਸ਼ਨਸ ਹੋ ਸਕਦੀਆਂ ਹੈਲਦੀ ਈਜ਼ੀ ਜ਼ਿਆਦਾ ਟਾਈਮ ਵੀ ਨਾ ਲੱਗੇ ਮੇਬੀ ਜ਼ਿਆਦਾ ਐਫਰਟ ਵੀ ਨਾ ਪਾਉਣਾ ਪਵੇ ਪਰ ਬਣ ਵੀ ਜਾਵੇ ਸੌਖਾ ਬਿਲਕੁਲ ਦੇਖੋ ਸਕੂਲ 2:30 ਤੱਕ ਹੁੰਦਾ ਹੈ ਇਸਨੇ ਕਿ ਬਹੁਤ ਲੰਬਾ ਦਿਨ ਨਹੀਂ ਹੁੰਦਾ ਪਹਿਲਾਂ ਬੱਚਾ ਬ੍ਰੇਕਫਾਸਟ ਕਰ ਗਿਆ ਹੈਲਦੀ ਸੋਨਾ ਸਕੂਲ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਸਾਨੂੰ ਬਹੁਤ ਹੀ ਕੋਈ ਹੈਵੀ ਪੀਜ਼ਾ ਵਗੈਰਾ ਜਾਂ ਕੁਝ ਚਾਹੀਦਾ ਬੱਚੇ ਘਰ ਆ ਕੇ ਫਰੈਸ਼ ਫੂਡ ਵੀ ਖਾ ਸਕਦੇ ਆ ਉਹਨਾਂ ਨੂੰ ਸਨੈਕ ਪਾ ਦਿਓ ਜਾਂ ਐਕਸਟਰਾ ਇੱਕ ਬਾਕਸ ਪਾਓ ਫਰੂਟਸ ਐਂਡ ਸੈਲਡਸ ਦਾ ਮੋਸਟਲੀ ਕਯੂਕੰਬਰ ਕੱਟ ਦੋ ਸੈਲਰੀ ਕੱਟ ਦੋ ਕੈਰਟਸ ਕੱਟ ਦੋ ਜਿਹੜੇ ਵੀ ਬੱਚਾ ਲਾਈਕ ਕਰਦਾ ਤੇ ਗ੍ਰੇਪਸ ਦੇ ਦਿਓ ਜਿਹੜਾ ਜਿਹੜੇ ਵੀ ਫਰੂਟ ਲਾਈਕ ਕਰਦਾ ਅੱਜਕੱਲ ਆਪਣੇ ਤਾਂ ਫਰੂਟ ਹੀ ਇੱਥੇ ਬਹੁਤ ਇੰਨੇ ਜ਼ਿਆਦਾ ਵੈਰਾਈਟੀ ਹੈਗੀ ਆ ਫਿਰ ਵੀ ਨਹੀਂ ਬੱਚੇ ਕਹਿੰਦਾ ਮੈਂ ਸੋਲਿਡ ਖਾਣਾ ਹੂੰ ਉਹਦੇ ਲਈ ਜੇ ਤੁਸੀਂ ਬੱਚਾ ਪਾਸਤਾ ਵੀ ਲਾਈਕ ਕਰਦਾ ਤੇ ਪਾਸਤੇ ਵਿੱਚ ਵੀ ਦੇਖੋ ਹੈਲਦੀ ਚੋਇਸਸ ਕਿਹੜੀਆਂ ਨੇ ਕਿ ਮੈਂ ਮੈਦੇ ਦੀਆਂ ਦੇਣਾ ਮੈਂ ਹੋਲ ਵੀਟ ਦਾ ਦੇਣਾ ਅੱਜ ਕੱਲ ਤਾਂ ਲੈਂਟਲ ਪਾਸਤੇ ਵੀ ਆਉਂਦੇ ਨੇ ਹਰ ਤਰ੍ਹਾਂ ਦਾ ਲੈਂਟਲ ਪਾਸਤਾ ਆਉਂਦਾ ਉਹ ਠੀਕ ਹੁੰਦਾ ਜੇ ਲੈਂਟਲ ਪਾਸਤਾ ਜਿਹੜਾ ਮਿਲਦਾ ਹਾਂਜੀ ਹਾਂਜੀ ਯਾ ਮੈਨੂੰ ਰੈੱਡ ਲੈਂਟਲ ਵਾਲਾ ਸੋ ਜ਼ਿਆਦਾ ਸਵਾਦ ਲੱਗਦਾ ਆਈ ਲਾਈਕ ਰੀਅਲ ਰੈੱਡ ਲੈਂਟਲ ਪਾਸਤਾ ਉਹਨਾਂ ਨੂੰ ਪਾਸਤਾ ਬਣਾ ਦਿਓ ਫਿਰ ਦੇਖੋ ਪੀਜ਼ਾ ਸ਼ੈਲਸ ਆਉਂਦੀਆਂ ਨੇ ਉਹ ਆ ਕੋਕਨਟ ਆਟੇ ਦੀਆਂ ਵੀ ਆਉਂਦੀਆਂ ਨੇ ਕੋਲੀਫਲਾਵਰ ਗੋਭੀ ਦੀਆਂ ਵੀ ਆਉਂਦੀਆਂ ਨੇ ਹਨਾ ਜਿਹੜੀਆਂ ਮੈਂ ਕੋਕਨਟ ਆਟੇ ਦੀਆਂ ਖਾਦਿਆਂ ਰਹੀ ਨਾ ਅਮੇਜ਼ਿੰਗ ਟੇਸ ਬਹੁਤ ਸੋਹਣਾ ਟੇਸ ਹੈ ਉਹਨਾਂ ਪੀਜ਼ਾ ਦਾ ਤੇ ਮੇਰੇ ਬੱਚੇ ਲੱਜਾਂਦੇ ਨੇ ਤਿੰਨੇ ਦੇ ਲਵ ਇਟ ਤੇ ਵਾਟ ਟੂ ਪੁੱਟ ਔਨ ਇਟ ਕੀ ਉਹਦੇ ਤੇ ਪਾਉ ਕੀ ਚੀਜ਼ ਵਗੈਰਾ ਪਾਉ ਜੀ ਦੇਖੋ ਚੀਜ਼ ਜਿਹੜਾ ਆ ਉਹ ਮੈਂ ਹਮੇਸ਼ਾ ਵੇਗਨ ਯੂਜ਼ ਕਰਦੀ ਆ ਅੱਛਾ ਜੀ ਇੱਕ ਆਂਦਾ ਹੈ ਕੰਪਨੀ ਹੈ ਬਲੈਕ ਸ਼ੀਪ ਓਕੇ ਉਹਨਾਂ ਦੇ ਬਹੁਤ ਸੋਹਣੇ ਚੀਜ਼ ਨੇ ਹਮ ਹਮ ਪਾਣਾ ਕਿੰਨਾ ਖੁੰਦਾ ਬੱਚੇ ਥੋੜਾ ਜੈ ਤੋਂ ਪਾਣਾ ਹੁੰਦਾ ਹੈ ਤੇ ਵਧੀਆ ਚੀਜ਼ ਯੂਜ਼ ਕਰੋ ਬਲੈਕ ਸ਼ੀਪ ਬਲੈਕ ਸ਼ੀਪ ਵੀਗਨ ਚੀਜ਼ ਬਣਾਉਂਦੇ ਨੇ ਵੀਗਨ ਚੀਜ਼ ਠੀਕ ਹੈ ਜੀ ਉਹਦਾ ਟੇਸਟ ਠੀਕ ਹੁੰਦਾ ਜੀ ਨਾਰਮਲ ਚੀਜ਼ ਵਰਗਾ ਬਹੁਤ ਸੋਹਣਾ ਬਹੁਤ ਸੋਹਣਾ ਟੇਸਟ ਆਉਂਦਾ ਹੈ ਸੋ ਜਦੋਂ ਤੁਸੀਂ ਵੀਗਨ ਦੇ ਵਿੱਚ ਵੀ ਨਾ ਕਈ ਵਾਰ ਬਹੁਤ ਕੁਝ ਜੰਕ ਵੀ ਆ ਜਾਂਦਾ ਸੋ ਜੇ ਤੁਸੀਂ ਵੀਗਨ ਚੀਜ਼ ਵੀ ਯੂਜ਼ ਕਰਦੇ ਆ ਦੇਖਦੇ ਆ ਉਦੋਂ ਟਰਾਈ ਕਰੋ ਕਿ ਪਤਾ ਹੋਵੇ ਵਿੱਚ ਇਨਗਰੀਡੀਅੰਟਸ ਕੀ ਨੇ ਨਾ ਵੀ ਜਿਆਦਾ ਗੰਦੇਮੰਦੇ ਆਇਲਸ ਤੋਂ ਨਹੀਂ ਬਣਿਆ ਹੋਇਆ ਹੋਗਾ ਇਹਨਾਂ ਦਾ ਬੜਾ ਕਲੀਨ ਜਿਆ ਚੀਜ਼ ਹੈਗਾ ਆ ਬਲੈਕਸ਼ੀਪ ਦਾ ਠੀਕ ਹੈ ਜੀ ਸੋ ਉਹ ਹੋ ਗਿਆ ਮੈਂ ਪਰ ਮੇਰੀ ਵੱਡੀ ਬੇਟੀ ਜਿਹੜੀ ਆ ਉਹਨੂੰ ਥੋੜਾ ਜਿਆ ਰੈਗੂਲਰ ਚੀਜ਼ ਵੀ ਕਦੇ ਕਦੇ ਲਾਈਕ ਕਰਦੀ ਆ ਸੋ ਫਿਰ ਮੈਂ ਆਰਗੇਨਿਕ ਥੋੜਾ ਲੈਣੀ ਹੁੰਦੀ ਆ ਵਾਂਸ ਇਨਵਾਲ ਬਟ ਮੋਸਟ ਆ ਦਾ ਟਾਈਮ ਵੀ ਯੂਜ਼ ਜਸਟ ਅ ਵੀਗਨ ਚੀਜ਼ ਠੀਕ ਆ ਬਲੈਕਸ਼ੀਪ ਦਾ ਵੀਗਨ ਚੀਜ਼ ਠੀਕ ਹੈ ਪਰ ਸਬਜ਼ੀਆਂ ਪਾਓ ਪਾਸਟ ਜੀਨੋ ਸਾਸ ਪਾ ਦੋ ਪੀਜ਼ਾ ਸਾਸ ਆਰਗੇਨਿਕ ਸੋ ਬੱਚਿਆਂ ਨੂੰ ਟ੍ਰਾਈ ਕਰੋ ਮੈਂ ਹਰ ਵਾਰ ਇਹਨਾਂ ਕਰੇ ਕਰਦੀਆਂ ਕਿ ਆਰਗੇਨਿਕ ਦੇਏ ਇਹਨਾਂ ਨੂੰ ਆਦਤ ਪਵੇ ਇਹਨਾਂ ਨੂੰ ਪਤਾ ਲੱਗੇ ਆਰਗੇਨਿਕ ਕੀ ਆ ਸੀ ਕਿਉਂ ਖਾਣਾ ਤੇ ਜੇ ਅਸੀਂ ਹੁਣ ਇਹਨਾਂ ਨੂੰ ਆਰਗੇਨਿਕ ਖਾਣਾ ਸਿਖਾਵਾਂਗੇ ਤੇ ਇਹਨਾਂ ਦੇ ਫਿਊਚਰ ਚ ਇਹਨਾਂ ਨੂੰ ਪਤਾ ਲੱਗੂਗਾ ਵੀ ਅਸੀਂ ਅਗਾਣਾ ਵੀ ਹੈ ਇਹਨੂੰ ਕਿਉਂ ਅਗਾਣਾ ਜ਼ਰੂਰੀ ਹੈ ਕਿਉਂ ਪੈਸਟਿਸਾਈਡ ਸਾਡੇ ਲਈ ਪ੍ਰੋਬਲਮ ਖੜੇ ਹੋ ਗਏ ਨੇ ਹੈਨਾ ਹੁਣ ਬਿਮਾਰੀਆਂ ਤੇ ਐਂਡਲੈਸ ਹੋ ਗਈਆਂ ਨੇ ਜਿੰਨਾ ਹੁਣ ਜਿੰਨੀ अर्ਲੀ ਅਸੀਂ ਬੱਚਿਆਂ ਨੂੰ ਐਜੂਕੇਟ ਕਰਨਾ ਸ਼ੁਰੂ ਕਰ ਦਾਂਗੇ ਕਿ ਥੋੜਾ ਖਾਓ ਪਰ ਵਧੀਆ ਖਾਓ ਤੇ ਵਧੀਆ ਖਾਓ ਤੇ ਪੇਰੈਂਟਸ ਲਈ ਮੈਂ ਮੈਂ ਚਾਹੁੰਨੀ ਹੈ ਕਹਿਣਾ ਕਿ ਜਦੋਂ ਬੱਚਿਆਂ ਦੇ ਨਾਲ ਅ ਰੈਦਰ ਦੈਨ ਕਰੇ ਵੱਡੇ ਵੱਡੇ ਡੱਬੇ ਸਵੀਟਸ ਦੇ ਲਿਆਉਣ ਨਾਲੋਂ ਉਹਨਾਂ ਦੇ ਨਾਲ ਸਪੈਸ਼ਲ ਡੇ ਕਰੋ ਇੱਕਦਾਂ ਤੁਸੀਂ ਕਿਉਂ ਗੱਡੀ 'ਚ ਬੈੰਨੇ ਆ ਬੱਚਿਆਂ ਨਾਲ ਉਹ ਇੱਕ ਐਕਸਾਈਟਮੈਂਟ ਹੁੰਦੀ ਹੈ ਕਿ ਅਸੀਂ ਕੁਝ ਖਾਣ ਚੱਲੇ ਆ ਸਪੈਸ਼ਲ ਟ੍ਰੀਟ ਖਾਣ ਚੱਲੇ ਆ ਐਂਡ ਉਸ ਐਕਸਾਈਟਮੈਂਟ ਦੇ ਵਿੱਚ ਅਸੀਂ ਗੱਲਾਂ ਬਹੁਤ ਕਰਦੇ ਆ ਬੱਚਿਆਂ ਨਾਲ ਉਹ ਓਪਨ ਅਪ ਬੋਹ ਹੁੰਦੇ ਨੇ ਹੂੰ ਸੋ ਵੈਰੀ ਇੰਪੋਰਟੈਂਟ ਬੱਚਿਆਂ ਨਾਲ ਇੱਕ ਫਰੈਂਡਸ਼ਿਪ ਵਾਲੇ ਰਿਲੇਸ਼ਨਸ਼ਿਪ ਰੱਖੋ ਐਂ ਲੈਕਚਰ ਨਾ ਦਿਓ ਬੱਚਿਆਂ ਨੂੰ ਕਦੇ ਵੀ ਖਿਜੋ ਨਾ ਉਹਨਾਂ ਤੇ ਵੀ ਜਦੋਂ ਫੂਡ ਨੂੰ ਲੈ ਕੇ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਤੂੰ ਤੈਨੂੰ ਖਾਣਾ ਪੈਣਾ ਥੈਟ డు ਨਾ ਥਿੰਕ ਟੂ ਥੈਮ ਇਟਸ ਨਾਟ ਗੋਇੰ ਟੂ ਡੂ ਐਨੀ ਗੁੱਡ ਟੂ ਥੈਮ ਹਮ ਸੋ ਇੱਕ ਆਪਣਾ ਇਹ ਬਹੁਤ ਹੁੰਦਾ ਕਿ ਜੇ ਨਹੀਂ ਕੁਝ ਖਾਦਾ ਆ ਨੈਗਰਸ ਹੀ ਖਾਣਾ ਵੀਜ਼ਾ ਹੀ ਖਾਣਾ ਉਹਦੇ ਨਾਲੋਂ ਨਾ ਦੋ ਨਾ ਦੋ ਕਿਉਂਕਿ ਉਹ ਨੈਗਰਸ ਦੇ ਵਿੱਚ ਕੀ ਹੈ ਹਮ ਕੁਝ ਵੀ ਨਹੀਂ ਹੈ ਜਸ ਤਾ ਕੈਲਰੀਜ਼ ਹਮ ਨਾ ਉਹ ਉਹਦੇ ਦੇਖੋ ਨੁਕਸਾਨ ਕਿੰਨੇ ਨੇ ਨਾਗਰਸ ਹੋ ਗਏ ਵੀ ਦੇਖੋ ਜੀ ਆਪਣੇ ਪੇਰੈਂਟਸ ਕਹਿੰਦੇ ਨੇ ਨਾਗਰਸ ਦਿੰਦੇ ਨੇ ਲਾਂਚ ਲਈ ਮੀਟ ਹੂੰ ਮੀਟ ਨੂੰ ਪੜਿਆ ਜੇ ਦੇਖੋ ਤੁਸੀਂ ਰਿਸਰਚ ਕਰਕੇ ਦੇਖੋ ਕਿ ਕਿੰਨੇ ਘੰਟੇ ਬਾਹਰ ਰੱਖਿਆ ਜਾ ਸਕਦਾ ਹੂੰ ਉਹ ਕਿੰਨੇ ਘੰਟੇ ਪਿਆ ਰਹਿੰਦਾ ਬੱਚੇ ਦੇ ਲਾਂਚ ਹੂੰ ਇੱਕ ਤਾਂ ਉਹ ਖਰਾਅ ਉਹ ਚ ਖਰਾ ਹੋ ਗਏ ਬੈਕਟੀਰੀਆਸ ਪੈਦਾ ਕਰਨਾ ਸ਼ੁਰੂ ਹੋ ਗਏ ਉੱਪਰੋਂ ਚ ਕੈਲਰੀਜ਼ ਹੂੰ ਸਸ ਪੋਸ਼ਨੀ ਫੈਟ ਸੋ ਇੱਕ ਇੱਕ ਤਾਂ ਲੈਂਟਲ ਪਾਸ ਇੱਕ ਤਾਂ ਲੈਂਟਲ ਪਾਸ ਦਾ অপਸ਼ਨ ਹੋ ਗਈ ਹੈ ਨਾ ਇੱਕ ਤੁਸੀਂ ਪੀਜ਼ਾ ਦੀ ਦੱਸ ਰਹੇ ਹੋ ਜਿਹੜਾ ਪੀਜ਼ਾ ਸ਼ੈੱਲ ਜਿਵੇਂ ਪੀਜ਼ਾ ਸ਼ੈੱਲ ਬਣਾ ਦੋ ਕਾਲੀਫਲਾワー ਵਾਲਾ ਮਿਲਦਾ ਜਾਂ ਕੋਕੋਨਟ ਵਾਲਾ ਮਿਲਦਾ ਹੈ ਨਾ ਵਿਦ ਗੁੱਡ ਹੈਲਦੀ ਗੁੱਡ ਆਪਣੀ ਬ੍ਰੈਡਸ ਹੈਗੀਆਂ ਆ ਉਹਨਾਂ ਨੂੰ ਵੈਜੀ ਸੈਂਡਵਿਚ ਬਣਾ ਦੋ ਵਿੱਚ ਹਮਸਲਾਓ ਵਿੱਚ ਵੈਜੀਸਲਾਓ ਵੈਜੀ ਹਮਸ ਸੈਂਡਵਿਚ ਬਣਾ ਦੋ ਬੱਚੇ ਨੂੰ ਓਕੇ ਐਂਡ ਕਿਡਸ ਲਵ ਇਟ ਉਹ ਬਣਾ ਦੋ ਫਿਰ ਆਪਣੇ ਤੋਂ ਅਸੀਂ ਫੂਡ ਪੈਕ ਕਰਕੇ ਦੋ ਜਿਹੜੇ ਬੱਚੇ ਨਹੀਂ ਲਾਈਕ ਕਰਦੇ ਕਿ ਮੈਂ ਘਰ ਆ ਕੇ ਖਾ ਲਾਂਗਾ ਵੀ ਉਹਨਾਂ ਨੂੰ ਫਰੂਟਸ ਦੇ ਦੋ ਉਹਨਾਂ ਨੂੰ ਸੈਲਡਸ ਦੇ ਦੋ ਕੈਰਟ ਸਟੈਕ ਬਣਾ ਦੋ ਜਾਂ ਕੁਕੰਬਰ ਸਟੈਕਸ ਕੱਟ ਦਿਓ ਨਾਲ ਕੋਈ ਡਰੈਸਿੰਗ ਬਣਾ ਦੋ ਜਾਂ ਹੈਲਦੀ ਇੱਕ ਪ੍ਰਾਈਮਲ ਦੀਆਂ ਆਉਂਦੀਆਂ ਨੇ ਸੀਜ਼ਰ ਡਰੈਸਿੰਗ ਓਕੇ ਪ੍ਰਾਈਮਲ ਕੰਪਨੀ ਹੈਗੇ ਆ ਉਹਨਾਂ ਦੀ ਅਸ ਗੁੱਡ ਡਰੈਸਿੰਗਸ ਆਉਂਦੀਆਂ ਨੇ ਵੀਗਨ ਆਉਂਦੀਆਂ ਨੇ ਬਟ ਦੇ ਆ ਗੁੱਡ ਡਰੈਸਿੰਗਸ ਉਹ ਪਾ ਦੇ ਉਹ ਡੱਬੀ ਦੇ ਵਿੱਚ ਵੀ ਤੂੰ ਉੱਥੇ ਖਾ ਲਈ ਅ ਕੈਸਿਡੀਅਸ ਅੱਜਕੱਲ ਸਪਰਾਊਟਰਡ ਸ਼ੈਲਸੀ ਆਂਦੀਆਂ ਨੇ ਤੁਸੀਂ ਉਹ ਕੈਸਿਡੀਅਸ ਬਣਾ ਦੋ ਵਿੱਚ ਸਾਸ ਲਾਓ ਵਿੱਚ ਥੋੜਾ ਜਿਹਾ ਵੈਜੀਸ ਵੈਰਾਈਟੀ ਹੁੰਦੀਆਂ ਚੀਜ਼ਾਂ ਉਹ ਹੈ ਕਿ ਉਹਨੀਆਂ ਕੀ ਹੁੰਦੀਆਂ ਉਹਨਾਂ ਨੂੰ ਬਣਾਉਣ ਦਾ ਤਰੀਕਾ ਹੈ ਬਣਾਉਣ ਦਾ ਡਿਫਰੈਂਟ ਤਰੀਕਾ ਹੈਗਾ ਕਿ ਬੱਚੇ ਨੂੰ ਲੱਗੇ ਕਿ ਅੱਜ ਸਮਥਿੰਗ ਡਿਫਰੈਂਟ ਹੈ ਅੱਜ ਮੈਨੂੰ ਕੈਸਿਡੀਆ ਮਿਲਿਆ ਅੱਜ ਮੈਨੂੰ 파ਸਟਾ ਮਿਲ ਗਿਆ ਅੱਜ ਮੈਨੂੰ ਸੈਂਡਵਿਚ ਮਿਲ ਗਿਆ ਅੱਜ ਮੈਨੂੰ ਪੀਜ਼ਾ ਮਿਲ ਗਿਆ ਅੱਜ ਫਰੂਟ ਸੈਲਡ ਸੀਗਾ ਅੱਜ ਗ੍ਰੀਨ ਸੈਲਡ ਸੀਗਾ ਪਰ ਹਰ ਸੀਜ਼ਨ ਦੇ ਅਮ ਅਲਟਰਨੇਟਿਵਸ ਹੁੰਦੇ ਨੇ ਜੋ ਵੀ ਤੁਹਾਡਾ ਬੱਚਾ ਲਾਈਕ ਕਰਦਾ ਨਾ ਉਹਦਾ ਦੇਖੋ ਕਿ ਉਹ ਇਹ ਆਹਾ ਖਾਣਾ ਪੀਜ਼ਾ ਖਾਣਾ ਲਾ ਇਹਦੇ ਮੈਂ ਹੈਲਦੀ ਪੀਜ਼ਾ ਕਿਵੇਂ ਬਣਾ ਸਕਦਾ ਜੇ ਪਾਸਤਾ ਖਾਣਾ ਲਾਈਕ ਕਰਦਾ ਹੈਲਦੀ ਪਾਸਤਾ ਕਿਵੇਂ ਬਣਾ ਸਕਦਾ ਪਾਸਤਾ ਕਿਵੇਂ ਬਣਾਇਆ ਜਾ ਸਕਦਾ ਕਿ ਹੋਂ ਬੱਚੇ ਨੂੰ ਪਰ ਨਾਲ ਇਨਵੋਲਵ ਜ਼ਰੂਰ ਕਰੋ ਕਿ ਆਪਾਂ ਨਾ ਤੇਰੀ ਮੈਮ ਕਨਸਰਨ ਬੱਚ ਪਿਆਰ ਨਾਲ ਬੱਚੇ ਨਾਲ ਗੱਲਾਂ ਕਰੋ ਆਮ ਕਨਸਰਨ ਬੱਚ ਹੈਲਥ ਤੇ ਤੇਰੀ ਹੈਲਥ ਗੁੱਡ ਹੋਗੀ ਤੇਰੀ ਮੈਂਟਲ ਹੈਲਥ ਵੀ ਗੁੱਡ ਹੋਊਗੀ ਇਸੋ ਤੁਸੀਂ ਜੋ ਵੀ ਖਾਂਦੇ ਆ ਉਹ ਐਕਚੁਅਲੀ ਬੜਾ ਅਸਰ ਹੁੰਦਾ ਬੱਚੇ ਦੀ ਮੈਂਟਲ ਹਲਥ ਤੇ ਮੈਂਟਲ ਹੈਲਥ ਤੇ ਕਰਨਾ ਉਹਨਾਂ ਦੀ ਸਟੱਡੀਜ਼ ਤੇ ਵੀ ਅਸਰ ਹੁੰਦਾ ਸੋ ਬੱਚੇ ਨੂੰ ਦੱਸ ਸਮਝਾਉਣਾ ਕਿ ਪੁੱਤ ਜੇ ਤੂੰ ਆਪਣੇ ਗੁੱਡ ਤੇਰਾ weight ਵਗੈਰਾ ਠੀਕ ਹੈ ਤੂੰ ਜੇ ਚੰਗੀ ਕੈਲਰੀਜ਼ ਪਾਏਗਾ ਕੋਸ ਮੈਂਟਲੀ ਤੇ ਯੂ ਵਿਲ ਬੀ ਸਮਾਰਟ ਯੂ ਵਿਲ ਬੀ ਸਮਾਰਟ ਇਨ ਸਕੂਲ ਉਹ ਕਹਿੰਦੇ ਹੁੰਦੇ ਨਾ ਯੂ ਆਰ ਵਾਟ ਯੂ ਈਟ ਬਿਲਕੁਲ ਜੋ ਤੁਸੀਂ ਆਪਣੀ ਬਾਡੀ ਦੇ ਅੰਦਰ ਪਾਉਨੇ ਹੋ ਉਹੀ ਤੁਸੀਂ ਬੇਸਿਕਲੀ ਬਣ ਜਾਂਦੇ ਹੋ ਫਿਰ ਬੱਚਿਆਂ ਦਾ ਮੂਡ ਵੀ ਠੀਕ ਰਹਿੰਦਾ ਕਈ ਬੱਚੇ ਬੜੇ ਕ੍ਰੈਂਕੀ ਰਹਿੰਦੇ ਹਨ ਉਹ ਕਹਿੰਦੇ ਨਾ ਗੁੱਡ ਫੂਡ ਗੁੱਡ ਮੂਡ ਕਿਉਂਕਿ ਉਹਨਾਂ ਨੂੰ ਫੂਡ ਜਿਹੜਾ ਉਹ ਮੇਬੀ ਗੁੱਡ ਨਹੀਂ ਮਿਲਿਆ ਨਹੀਂ ਮਿਲ ਰਿਹਾ ਹੈ ਨਾ ਉਹ ਕ੍ਰੈਂਕੀ ਜਿਹਾ ਹੋ ਰਹਿਣਾ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਬੋਡੀ ਜਿਹੜੀ ਉਹ ਸੈਟੀਸਫਾਈਡ ਨਹੀਂ ਗਈ ਹਮ ਅੱਛਾ ਹੁਣ ਡਿਨਰ ਤੇ ਆਈਏ ਜੀ ਡਿਨਰ ਵਾਸਤੇ ਕੀ ਕੀ ਆਪਸ਼ਨਸ ਹੋ ਸਕਦੇ ਜੋ ਵੀ ਬੱਚੇ ਲਾਈਕ ਕਰਦੇ ਨੇ ਹੈ ਨਾ ਉਹੀ ਜਿੱਦਾਂ ਆਪਾਂ ਗੱਲ ਕੀਤੀ ਆ ਕਿ ਜਿਸ ਦਾ ਜੋ ਵੀ ਤੁਹਾਡੇ ਬੱਚੇ ਖਾਂਦੇ ਨੇ ਟੈਲ ਮੀ ਉਹਦੇ alternatives ਲੱਭੋ ਹਾਂ ਤੁਸੀਂ ਮੈਨੂੰ ਇਹ ਦੱਸੋ ਜਿਵੇਂ ਆਪਾਂ ਆਪਣਾ ਰੈਗੂਲਰ ਇੰਡੀਅਨ ਫੂਡ ਖਾਂਦੇ ਆਂ ਦਾਲ ਸਬਜੀ ਰੋਟੀ ਉਹਦੇ ਵਰਗੀ ਕੋਈ ਚੀਜ਼ ਨਹੀਂ ਰਾਈਟ ਜੇ ਬੱਚੇ ਇੱਕ ਇੱਕ ਵਾਰੀ ਤਾਂ ਰੋਟੀ ਖਾ ਸਕਦੇ ਨੇ ਰਾਈਸ ਆ ਰਾਈਸ ਉਹਨਾਂ ਨੂੰ ਜਿਹੜੇ ਆ ਟਰਾਈ ਕਰੋ ਬਰਾਊਨ ਰਾਈਸ ਇੰਟਰੋਡਿਊਸ ਕਰਈਏ ਵਾਈਟ ਨਾਲੋਂ ਮੱਚ ਬੈਟਰ ਨੇ ਕਿਨਾਂ ਨੇ ਕੁਝ ਵੀ ਵਾਈਟ ਜਿਹੜਾ ਆ ਉਹ ਚੰਗਾ ਨਹੀਂ ਹੁੰਦਾ ਚੰਗਾ ਨਹੀਂ ਵਾਈਟ ਸਾਲਟ ਹੋ ਗਿਆ ਵਾਈਟ ரைਸ ਹੋ ਗਈ ਵਾਈਟ 슈ਗਰ ਹੋ ਗਈ ਜਿੰਨਾ if you can stay away from this white oh, white ਤੋਂ ਦੂਰ ਰਹੁ ਹੂੰ ਤੇ ਇੰਨੇ ਸਾਡੇ ਜਿੰਨਾ ਸਾਡੇ ਲਈ ਜ਼ਰੂਰੀ ਹੈ ਉਹਨਾਂ ਬੱਚਿਆਂ ਲਈ ਜ਼ਰੂਰੀ ਹੈ ਕਈ ਵਾਰ ਅਸੀਂ ਕਰਦੇ ਅਸੀਂ ਆਪਣੇ ਲਈ ਹੈਲਦੀ ਬਣਾਉਨੇ ਆ ਬੱਚਿਆਂ ਨੂੰ ਬੱਚਿਆਂ ਲਈ ਸ਼ਾਈ ਪਨੀਰ ਬਟਰ ਚਿਕਨ ਹੈ ਨਾ ਉਹ ਮੋਸਟਲੀ ਕਿੰਦਾ ਕਿ ਕਈ ਪੇਰੈਂਟਸ ਨੇ ਉਹ ਕਹਿੰਦੇ ਕਿ ਸ਼ਾਈ ਪਨੀਰ ਜਾਂ ਬਟਰ ਚਿਕਨ ਤੋਂ ਬਿਨਾ ਇਹ ਖੁਸ਼ ਨਹੀਂ ਹੁੰਦਾ ਖੁਸ਼ਕ ਰੋਟੀ ਨਹੀਂ ਖਾਂਦਾ ਤਾਂ ਆਪਾਂ ਖੁਸ਼ੀ ਥੋੜਾ ਦੇਖਣੀ ਹੈ ਬੱਚੇ ਦੀ ਉਹਦੀ ਹੈਲਥ ਦੇਖਣੀ ਹੈ ਉਹਨੂੰ ਖੁਸ਼ੀ ਨਾ ਦੇਖੋ ਤੇ ਉਹਦੇ ਵਿੱਚ ਕੀ ਨਾ ਸ਼ਾਈ ਪਨੀਰ ਵਿੱਚ ਜੋ ਲੋਕ ਦੇ ਬੱਚਾ ਨਾ ਜੋ ਬੱਚੇ ਹੋਏ ਵੱਡੇ ਹੋ ਜਾਂਦੇ ਨੇ ਜੋ ਖੁਦ ਬਣਾਉਣਾ ਸ਼ਾਇ ਪਨੀਰ ਉਹ ਨਹੀਂ ਖਾਂਦੇ ਹੂੰ ਕਹਿੰਦੇ ਵਾਓ ਸਮੋਜ ਆਫ ਕਰੀਮ ਇੰਨੀ ਕਰੀਮ ਹੂੰ ਮੂਰ ਵਿੱਚ ਕੀ ਹੈ ਕੁਝ ਵੀ ਨਹੀਂ ਕੈਲਰੀਜ਼ ਹੈ ਨਹੀਂ ਇਟਸ ਜਸਟ ਅ ਫੈਟ ਹੂੰ ਦੇਖੋ ਬੱਚਾ ਮੋਸਟਲੀ ਯੰਗ ਗਰਲਸ ਔਰ ਮੁੰਡੇ ਜਿਹੜੇ ਆ ਜਮ ਜਾਂਦੇ ਨੇ ਉਹਨਾਂ ਨੂੰ ਹੁੰਦਾ ਸਾਡਾ ਸਕਿਨ ਸ਼ੁੱਡ ਲੁੱਕ ਗੁੱਡ ਸਾਡੀ ਬਾਡੀ ਸ਼ੁੱਡ ਲੁੱਕ ਉਹ ਜੇ ਆ ਕੇ ਵਿਚਾਰਨ ਨੂੰ ਆਉਂਦਿਆਂ ਨੂੰ ਮਮਾ ਨੇ ਬਟਰ ਚਿਕਨ ਜਾਂ ਸ਼ਾਇ ਪਨੀਰ ਇਦਾਂ ਦੀਆਂ ਚੀਜ਼ਾਂ ਬਣਾਈਆਂ ਹੁਣ ਤੋਂ ਕਿਉਂਕਿ ਇਨੀ ਭੁੱਖ ਲੱਗੀ ਹੁੰਦੀ ਹੈ ਖਾਸ ਲੈਣਗੇ ਪਰ ਉਹਨਾਂ ਦਾ ਕੀਤਾ ਕਰਾਇਆ ਸਾਰਾ ਕਿੰਨੇ ਨੂੰ ਖੁਸ਼ ਪੈ ਜਾਂਦਾ ਸੋ ਟਰਾਈ ਕਰੋ ਕਿ ਬੱਚਿਆਂ ਦੇ ਜਦੋਂ ਤੁਹਾਡਾ ਸਪੈਸ਼ਲੀ ਕਈ ਬੱਚੇ ਨੇ ਜਿਹੜੇ ਰੀਅਲੀ ਦੇ ਵਾਂਟ ਟੂ ਲੂਜ਼ weight ਪਰ ਉਹਨਾਂ ਦੇ ਨਾ ਮਦਰਸ ਉਹਨਾਂ ਨੂੰ ਖੁਸ਼ ਕਰਨ ਦੇ ਚੱਕਰ ਚ ਉਹਨਾਂ ਦਾ ਸਪੋਰਟ ਨਹੀਂ ਕਰਦੇ ਤੇ ਬੱਚੇ ਨੂੰ ਖੁਸ਼ ਨਾ ਕਰੋ ਵੀ ਖੁਸ਼ ਹੋ ਕੇ ਖਾਂਦਾ ਖੁਸ਼ ਹੋ ਕੇ ਖਾਣ ਵਾਲੀ ਗੱਲ ਨਹੀਂ ਹੈਗੀ ਬੱਚੇ ਜਿਹੜੇ ਸਾਰੇ ਬਹੁਤ ਚੰਗੇ ਹੁੰਦੇ ਨੇ ਸਾਰੇ ਬੱਚੇ ਬਹੁਤ ਉਹਨਾਂ ਦਾ ਟੇਸਟ ਵੀ ਵਧੀਆ ਹੁੰਦੇ ਨੇ ਇਸ ਜਸਟ ਉਹਨਾਂ ਨੂੰ ਇੱਕ ਮੋਟੀਵੇਸ਼ਨ ਦੀ ਲੋੜ ਹੈ ਉਹਨਾਂ ਨਾਲ ਉਹਨਾਂ ਨਾਲ ਗੱਲਾਂ ਕਰਨ ਦੀ ਲੋੜ ਹੈ ਉਹਨਾਂ ਨੂੰ ਪਿਆਰ ਨਾਲ ਸਮਝਾਉਣ ਦੀ ਲੋੜ ਹੈ ਕਿ ਆਹ ਫੂਡ ਕਿਉਂ ਖਾਣਾ ਹੈ ਕਿਉਂ ਤੇ ਇੰਨਾ ਫੂਡ ਲੋੜ ਨਹੀਂ ਹੁੰਦੇ ਤੁਹਾਨੂੰ ਜਸਪੀ ਤਾਂ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਉਦੋਂ ਇੰਨਾ ਫੂਡ ਨਹੀਂ ਸੀਗਾ ਹੁਣ ਦੇਖੋ ਕਿੰਨੀ ਜਿਹੜਾ ਜਦੋਂ ਕਿਤੇ ਵੀ ਚਲ ਜਾ ਆਪਾਂ ਇਨਾ ਲਾਗੇ ਲੱਗਿਆ ਫੂਡ ਐਂਡ ਟਾਇਲਟ ਹਰ ਜਗ੍ਹਾ ਪਈ ਐ 20 ਤੇ ਚੱਲ ਜਾ ਉੱਥੇ ਵੀ ਟਰੱਕ ਖੜੇ ਨੇ ਹੈਨਾ ਫੂਡ ਸਾਡੇ ਲਾਗੇ ਅਸੀਂ ਕਹਿ ਲੋ ਕਿ ਇੱਕ ਕਿਸਮ ਦਾ ਅਸੀਂ ਘਿਰ ਗਏ ਆ ਫੂਡ ਦੇ ਦੁਆਲੇ ਸਾਡੇ ਵਾਲੇ ਦੁਆਲੇ ਇੰਨਾ ਫੂਡ ਐ ਇੰਨਾ ਫੂਡ ਐ ਅਸੀਂ ਜੇ ਫੂਡ ਤੋਂ ਬ੍ਰੇਕ ਵੀ ਲੈਣੀ ਚਾਹੀਏ ਤਾਂ ਸਾਨੂੰ ਪਤਾ ਨਾ ਕਿੱਥੇ ਜਾਈਏ ਵੀ ਜੇ ਅਸੀਂ ਚਾਹਨੇ ਆ ਵੀ ਅਸੀਂ ਥੋੜੇ ਬ੍ਰੇਕ ਦਈਏ ਇੰਨੇ ਘੰਟੇ ਹੁਣ ਦੇਖੋ ਕਿੰਨੇ ਹੋ ਫੇਮਸ ਹੈ ਕਿ ਇੰਟੀਮੇਟਿੰਗ ਫਾਸਟਿੰਗ ਕਰੋ ਇੰਨੇ ਘੰਟੇ ਤੁਸੀਂ ਨਹੀਂ ਖਾਣਾ ਇੰਨੇ ਘੰਟੇ ਦੀ ਵਿੰਡੋ ਹੋਣੀ ਚਾਹੀਦੀ ਹੈ ਕਿੱਦਾਂ ਕਰੀਏ ਅੰਦਰਵਾਜ਼ ਤਾਂ ਫੂਡ ਹੀ ਫੂਡ ਨੇ ਫੂਡ ਟਰੱਕ ਹੀ ਫੂਡ ਨੇ ਜੇ ਕਿਤੇ ਵੀ ਚਲ ਜਾऊं ਉੱਥੇ ਫੂਡ ਹੈ ਉੱਥੇ ਫੂਡ ਹੈ ਡਰਾਈਵ ਥਰੂਸ ਨੇ ਉਹ ਅਸੀਂ ਹੁਣ ਸਾਡੀ ਜੰਗ ਸਾਡੀ ਖੁਦ ਦੀ ਜੰਗ ਹੋ ਗਈ ਹੈ ਕਿ ਅਸੀਂ ਆਪਣੇ ਆਪ ਨੂੰ ਇਸ ਤੋਂ ਕਿੱਦਾਂ ਬਚਾਣਾ ਆਈ ਹੋਪ ਸੋ ਮੰਦੀਪ ਜੀ ਮੈਨੂੰ ਲੱਗਦਾ ਵੀ ਜਿਹੜੀ ਸਾਡੀ ਜੰਗ ਹੈ ਨਾ ਇਹਦੇ ਵਿੱਚ ਤੁਸੀਂ ਸਾਡੇ ਕੋਚ ਸਾਬਿਤ ਹੋ ਰਹੇ ਹੋ ਅਸੀਂ ਤੁਹਾਨੂੰ ਬੁਲਾ ਕੇ ਏਟਲੀਸ ਤੁਹਾਡੇ ਤੋਂ ਕੋਚਿੰਗ ਲੈ ਲੈਣੇ ਵੀ ਇਹ ਜਿਹੜੀ ਜੰਗ ਹੈ ਨਾ ਵੀ ਮੈਨੂੰ ਵੀ ਬਹੁਤ ਵਾਰੀ ਆਪਣੇ ਆਪ ਨੂੰ ਨਾ ਸਮਝਾਉਣਾ ਪੈਂਦਾ ਕਿ ਨਹੀਂ ਇਦਾਂ ਨਹੀਂ ਵੀਰ ਮੈਂ ਹਮੇਸ਼ਾ ਅਰਦਾਸ ਜੁਰ ਕਰਦੀ ਹਾਂ ਕਿ ਵਾਹਿਗੁਰੂ ਮੈਨੂੰ ਹਿੰਮਤ ਦੇ ਮੈਨੂੰ ਗਾਈਡੈਂਸ ਦੇ ਕਿ ਮੈਂ ਕਿੱਦਾਂ ਇਨਾਂ ਚੀਜ਼ਾਂ ਚੋਂ ਬਚਾਂ ਸਾਡੇ ਹੁਣ ਇਸ ਵੇਲੇ ਅੱਗੇ ਕਿਹਨਾਂ ਦੇ ਭੁੱਖ ਨਾਲ ਲੋਕੀ ਮਰਦੇ ਹੁਣ ਅਸੀਂ ਜ਼ਿਆਦਾ ਖਾ ਕੇ ਮਰ ਰਹੇ ਹਾਂ ਵੀ ਅਸੀਂ ਇਸ ਚੀਜ਼ ਤੋਂ ਕਿੱਦਾਂ ਬਚੀਏ ਹੁਣ ਮੋਸਟਲੀ ਇਹ ਹੈ ਕਿ ਲੋਕਾਂ ਕੋਲ ਜ਼ਿਆਦਾ ਹੈ ਹਮਮ ਅੱਛਾ ਮਨਦੀਪ ਜੀ ਇੱਕ ਆਪਾਂ ਨੂੰ ਸਵਾਲ ਆਇਆ ਹੈਗਾ WhatsApp ਤੇ ਉਹ ਪੁੱਛ ਰਹੇ ਨੇ ਉਹ ਕਹਿੰਦੇ ਸਬਸਟੀਟਿਊਟ ਕੀ ਹੈ ਜਿਹੜੇ ਫੂਡਸ ਤੇ ਡਰਿੰਕਸ ਦੇ ਵਿੱਚ 슈ਗਰ ਹੁੰਦੀ ਆ ਉਹਦਾ ਸਬਸਟੀਟਿਊਟ ਕੀ ਹੁੰਦਾ ਉਹ ਕਹਿੰਦੇ ਵੀ ਮੈਂ ਜਦੋਂ ਇੱਥੇ ਨਾਰਥ ਅਮਰੀਕਾ ਆਇਆ ਸੀਗਾ ਉਦੋਂ ਕਹਿੰਦੇ ਮੈਨੂੰ ਪਤਾ ਲੱਗਿਆ ਸੀਗਾ ਵੀ 슈ਗਰ ਕੇਨ ਦੀ ਜਗ੍ਹਾ ਇੱਥੇ ਜਿਹੜਾ 슈ਗਰ ਹੈਗੀ ਆ ਬੇਸਿਕਲੀ ਕੌਰਨ ਜਾਂ ਕੋਈ ਸਿਮਿਲਰ ਬੇਸਡ ਮਟੀਰੀਅਲਸ ਹੈਗੇ ਆ ਉਹਨਾਂ ਨੂੰ ਯੂਜ਼ ਕੀਤਾ ਜਾਂਦਾ 슈ਗਰ ਕੇਨ ਦੀ ਜਗ੍ਹਾ ਹੈਨਾ ਉਹਨਾਂ ਦੀ 슈ਗਰ ਪਾਈ ਜਾਂਦੀ ਆ ਉਹ ਆਲਟਰਨੇਟਿਵ ਠੀਕ ਹੈ ਜੀ ਕੌਰਨ ਵਗੈਰਾ ਦੀ ਜਿਹੜੀ 슈ਗਰ ਬਣਾ ਕੇ ਪ ਉਹ ਵੀ ਨਹੀਂ ਠੀਕ ਹੈਗੇ ਸਪੈਸ਼ਲੀ ਕੌਰ ਜਿਹੜਾ ਕੌਰ ਨਾ ਉਹ ਜੀਐਮਓ ਹੈ ਓਕੇ ਮੋਸਟ ਜਿਹੜਾ ਆਪਣਾ ਜਿਹੜਾ ਹੁਣ ਇੱਕ ਆਪਾਂ ਕੋ ਜਿਹੜਾ ਕੌਰ ਨਾ ਉਹ 100% ਜੀਐਮਓ ਹੈ ਅਨਲੈਸ ਤੁਸੀਂ ਆਰਗੇਨਿਕ ਲੈਨੇ ਆ ਓਕੇ ਹਾਂਜੀ ਆਰਗੇਨਿਕ ਜਿਹੜਾ ਉਹ ਜੀਐਮਓ ਨਹੀਂ ਹੋ ਸਕਦਾ ਸੋ ਕੌਰ ਤੇ ਬਿਲਕੁਲ ਹੀ ਆਪਣੇ ਹੈ ਹੀ ਨਹੀਂਗਾ ਸੀਡ ਜਿਹੜਾ ਜੀਐਮਓ ਨਾ ਹੋਵੇ ਜੈਨੇਟਿਕਲੀ ਮੋਡੀਫਾਈ ਨਾ ਹੋਵੇ ਓਕੇ ਸੋ ਵਿਚ ਇਜ਼ ਵੈਰੀ ਬੈਡ ਫਾਰ ਅਸ ਸੋ ਇਦਾਂ ਦੇ ਕਨਸੈਪਟ ਵਗੈਰਾ ਉਹ ਸਾਡੇ ਲਈ ਵੀ ਮਾੜੇ ਨੇ ਸਾਡੇ ਬੱਚਿਆਂ ਲਈ ਮਾੜੇ ਕੀ ਸਬਸਟੀਟਿਊਟ ਹੋ ਸਕਦਾ ਜੀ ਉਹਦਾ ਉਹਦਾ ਕੀ ਸਬਸਟੀਟਿਊਟ ਜੀ ਤੁਸੀਂ ਬਿਲਕੁਲ ਥੋੜਾ সুইਟ ਕਰਨਾ ਮੇਪਲ ਸਰਪ ਮੇਪਲ ਸਰਪ ਖਨੀਲਾ ਲੋ ਓਕੇ ਇਹਨਾਂ ਇਦਾਂ ਦੀਆਂ ਚੀਜ਼ਾਂ ਨਾਲ ਸਬਸਟੀਟਿਊਟ ਕਰ ਲਓ ਪਰ ਬਾਕੀ 슈ਗਰ ਤੋਂ ਜਿੰਨਾ ਦੂਰ ਰਹਿ ਸਕਦੇ ਆ ਉਹ ਨਾ ਜਿਹੜੀ ਬੇਕਿੰਗ ਵੀ ਕਰਨੀ ਆ ਬੱਚਿਆਂ ਦੇ ਨਾਲ ਤੁਸੀਂ ਉਹ ਟਰਾਈ ਕਰੋ ਕਿ ਸ਼ੱਕਰ ਨਾਲ ਕਰ ਲਓ ਚਿੱਟੀ 슈ਗਰ ਨਾਲ ਨਾ ਕਰੋ ਠੀਕ ਹੈ ਜੀ ਜਿੰਨਾ ਘੱਟ ਆਪਣੇ ਮੇਪਲ ਸਰਪਨਾ ਕਰ ਲੋ ਮੇਪਲ ਸਰਪਨਾ ਐਕਚੁਅਲੀ ਬੇਕਿੰਗ ਬੜੀ ਥੋੜੀ ਹੁੰਦੀ ਹੈ ਕੋ ਇੱਕ ਬਟਰ ਦਾ ਵੀ ਥੋੜਾ ਗਿੱਲਾਪਨ ਵੀ ਆ ਜਾਂਦਾ ਤੇ 슈ਗਰ ਵੀ ਆ ਜਾਂਦੀ ਹੈ ਸੋ ਮੇਪਲ ਸਰਪ ਇਸ ਅ ਵੈਰੀ ਗੁੱਡ ਆਲਟਰਨੇਟਿਵ ਜੇ 슈ਗਰ ਚਾਹੀਦੀ ਹੈਗੀ ਉਹਦੇ ਆਰਗੇਨਿਕ ਠੀਕ ਹੈ ਜੀ ਆਰਗੇਨਿਕ ਅੱਛਾ ਮਨਦੀਪ ਜੀ ਥੈਂਕ ਯੂ so much for all the information हाँजी, हाँजी. today ਆਪਾਂ ਨਾ ਨੈਕਸਟ ਟਾਈਮ ਟ੍ਰਾਈ ਕਰਾਂਗੇ ਹੁਣ ਆਪਾਂ ਇੰਡੀਅਨ ਫੂਡ ਦੀ ਗੱਲ ਕੀਤੀ ਹੈ ਨਾ ਵੀ ਬੱਚੇ ਜੀ ਇੰਡੀਅਨ ਫੂਡ ਰਾਤ ਨੂੰ ਖਾ ਲੈਣ ਇੱਕ ਇੱਕ ਮੀਲ ਇੰਡੀਅਨ ਫੂਡ ਦੀ ਖਾ ਲੈਣ ਦੈਟਸ ਰੀਲੀ ਗੁੱਡ ਬਟ ਇੰਡੀਅਨ ਫੂਡ ਦੇ ਵਿੱਚ ਇੱਕ ਪ੍ਰੋਬਲਮ ਇਹ ਹੈ ਕਿ ਆ ਹਾਂਜੀ ਹੈਨਾ ਉਹ ਓਵਰ ਕੁਕਿੰਗ ਤੇ ਆਪਾਂ ਨੈਕਸਟ ਐਪੀਸੋਡ ਆਪਣਾ ਕਰਾਂਗੇ ਹੈਨਾ ਕਿ ਓਵਰ ਕੁਕ ਨਾ ਕਿਵੇਂ ਨਾ ਕੀਤਾ ਜਾਵੇ ਹੈਨਾ ਬਿਲਕੁਲ ਬਿਲਕੁਲ ਉੱਥੇ ਕਰਾਂਗੇ ਕਿਵੇਂ ਕੁਕਿੰਗ ਕਰਨੀ ਹੈ ਆਇਲ ਫ੍ਰੀ ਕਿਵੇਂ ਕਰਨੀ ਹੈ ਹੈਲਦੀ ਕੁਕਿੰਗ ਕਿਵੇਂ ਕਰਨੀ ਹੈ ਆਪਾਂ ਉੱਥੇ ਕਰਾਂਗੇ ਠੀਕ ਹੈ ਜੀ ਸਟੇ ਟਿਊਨਡ ਜਦੋਂ ਮਨਦੀਪ ਗਿੱਲ ਜੀ ਨੈਕਸਟ ਟਾਈਮ ਆਉਣਗੇ ਇਹਦੇ ਬਾਰੇ ਗੱਲਬਾਤ ਹੋਗੀ ਮਨਦੀਪ ਜੀ ਥੈਂਕ ਯੂ ਸੋ ਮੱਚ ਬਿਲਕੁਲ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ